ਸਤਨਾਮ ਸ੍ਰੀ ਵਾਹਿਗੁਰੂ ਜੀ ਧਨ ਦਾਰਾ ਸੰਪਤ ਸਗਲ ਜene ਆਪਣੀ ਕਰਮਾਨ ਇਨ ਮੈਂ ਖਾਸ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿ ਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤਿਹ ਜਾਨੀਐ ਸਦਾ ਵਸਤ ਤੁਮ ਸਾਥ ਪਤ ਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤਿਹ ਜਾਨੀਐ ਸਦਾ ਵਸਤ ਤੁਮ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੇਲ ਸਤਿਮੁਨੋ ਪਦਤ ਪਾਵਨ ਕਿਰਪਾ ਨਿਦਾਨ ਸਦ ਬਖਸ਼ਾਂਦ ਮਿਹਰਮਾਨ ਨਿਆਲੂ ਕਿਰਪਾਲੂ ਦੀਨਾ ਬੰਧੂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਨਾਲ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਬੜਾ ਭਾਗੇ ਹਾਂ ਅੰਮ੍ਰਿਤ ਵੇਲੇ ਗੁਰ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਅੰਮ੍ਰਿਤ ਵੇਲੇ ਤੋਂ ਸੇਵਾ ਸਿਮਰਨ ਕਰਕੇ ਗੁਰਬਾਣੀ ਪੜ੍ਹ ਸੁਣ ਕੇ ਜੀਵਨ ਦਾ ਲਾਹਾ ਪ੍ਰਾਪਤ ਕੀਤਾ ਹੈ। ਸਵਾਸਾਂ ਨੂੰ ਸਫਲੀਆਂ ਬਣਾਇਆ ਹੈ। ਸਤਿਗੁਰਾਂ ਦੀ ਉਪਾਰ ਬਖਸ਼ਿਸ਼। ਰਹਿਮਤਾਂ ਦਾ ਸਦਕਾ। ਅੰਮ੍ਰਿਤ ਮਈ ਗੁਰਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਆਓ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਮਨ ਹਿਰਦਿਆਂ ਨੂੰ ਕਰੀਏ ਸੁਧ। ਰਸਨਾ ਨੂੰ ਕਰੀਏ ਪਵਿੱਤਰ ਸਮਹੁ ਸੰਗਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਧਨ دارਾ ਸੰਪਤ ਸਗਲ ਜਿਨ ਆਪਣੀ ਕਰਮਾਨ ਨਮੇ ਪਾਸ਼ਾ ਹਿੰਦੀ ਚਾਦਰ ਤਿਰਕ ਜੰਜੂ ਦੇ ਰਾਖੇ ਤੁੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਾਵਨ ਰਸਨਾ ਤੋਂ ਪਾਵਨ ਪਵਿੱਤਰ ਦਰਗਾਹੀ ਬਚਨ ਰੱਬੀ ਬਾਣੀ ਧੁਰ ਕੀ ਬਾਣੀ ਉਚਾਰਨ ਕਰ ਰਹੇ ਹਨ ਗਰੀਬ ਨਿਵਾਜ਼ ਸਾਡੇ ਕਾਲ ਯੁਗ ਜੀਵਾਂ ਉੱਪਰ ਪਰ ਪਰ ਪਕਾਰ ਕਰਦੇ ਹੋਏ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜਦੇ ਹੋਏ ਮਨ ਦੇ ਬਹਿਮ ਭਰਮ ਭੁਲੇਖਿਆਂ ਨੂੰ ਦੂਰ ਕਰਦੇ ਹਾਂ। 파ਮਨ ਪਵਿੱਤਰ ਪ੍ਰਦੇਸ਼ ਦੀ ਬਖਸ਼ਿਸ਼ ਰਹਿਮਤ ਕਰ ਰਹੇ ਹਨ। ਸਤਿਗੁਰੂ ਗਰੀਬ ਨਿਵਾਜ਼ ਜੀ ਵਚਨ ਕਰਦੇ ਹਨ ਧਨ, ਦਾਰਾ, ਸੰਪਤ ਸਗਰ ਗਰੀਬ ਨਵਾਜ਼ ਜੀ ਸਾਨੂੰ ਯਾਦ ਕਰਾ ਰਹੇ ਹਨ। ਹਸੀ ਸੰਸਾਰ ਦੇ ਵਿੱਚ ਆ ਕੇ ਸੰਸਾਰ ਦੇ ਪਦਾਰਥਾਂ ਨਾਲ ਰਚਮਿਚ ਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਦਿੱਤਾ। ਸਤਿਗੁਰੂ ਜੀ ਬਚਨ ਕਰਦੇ ਹਨ ਗਉਣ ਗੋਬਿੰਦ ਗਾਇਓ ਨਹੀਂ ਅਸੀਂ ਮਾਤ ਲੋਕ ਦੇ ਵਿੱਚ ਆ ਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਦਿੱਤਾ ਉਹਦੇ ਕੋਲ ਨਹੀਂ ਗਏ ਜਦੋਂ ਹੀ ਅਸੀਂ ਸੰਸਾਰ ਦੇ ਵਿੱਚ ਆਏ ਮਾਇਆ ਦਾ ਐਸਾ ਪ੍ਰਭਾਵ ਪਿਆ ਸਾਨੂੰ ਮਾਇਆ ਨੇ ਆਪਣੀ ਮਮਤਾ ਦੇ ਵਿੱਚ ਮਮਤਾ ਦੇ ਜਾਲ ਦੇ ਵਿੱਚ ਫਸਾ ਲਿਆ ਉਸ ਮਮਤਾ ਦੇ ਜਾਲ ਦੇ ਵਿੱਚ ਫਸੇ ਹੋਏ ਅਸੀਂ ਸੰਸਾਰੀ ਪਦਾਰਥਾਂ ਦੇ ਮੋਹ ਵਿੱਚ ਅਤੇ ਪਰਿਵਾਰ ਦੇ ਸਾਖ ਸੰਮਧੀਆਂ ਦੇ ਮੋਹ ਦੇ ਵਿੱਚ ਤੇ ਫਿਰ ਮਹਿਲ ਮਾੜੀਆਂ ਸੰਪਤੀ ਜਾਇਦਾਦਾਂ ਦੇ ਮੋਹ ਦੇ ਵਿੱਚ ਫਸ ਗਏ ਜੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਨਾ ਸੀ ਜੋ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਅਸੀਂ ਵਿਛੜੇ ਹੋਏ ਸੀ ਉਸ ਬਛੋੜੇ ਨੂੰ ਇਸ ਮਨੁੱਖਾ ਜਨਮ ਨੂੰ ਪਾ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਆਪੇ ਹੀਦ ਹੋਣਾ ਸੀ ਉਹ ਅਸੀਂ ਭੁਲਾ ਦਿੱਤਾ ਸਤਿਗੁਰੂ ਜੀ ਸਾਨੂੰ ਯਾਦ ਕਰਾਉਂਦੇ ਹਨ ਕਿ ਭਾਈ ਦੇਖ ਤੇਰਾ ਬਚਪਨ ਲੰਘ ਗਿਆ ਖੇਡਦੇ ਆ ਮਨਦੇ ਆ ਹਾਤੇ ਹੁਣ ਜਵਾਨੀ ਆ ਗਈ ਜਵਾਨੀ ਵੀ ਤੇਰੀ ਐਵੇਂ ਜਾ ਰਹੀ ਹੈ ਜਵਾਨੀ ਵੀ ਬੇਅਰਥ ਜਾ ਰਹੀ ਹੈ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਚਾਨਾ ਨਾਲ ਜੁੜਿਆ ਹੀ ਨਹੀਂ ਹਿਸਿਤ ਰਹੀ ਸਰੀਰ ਜਿਹੜਾ ਹੈ ਉਹ ਵਿਰਧ ਅਵਸਥਾ ਦੇ ਵਿੱਚ ਪਹੁੰਚ ਗਿਆ ਸਤਿਗੁਰੂ ਜੀ ਆਖਦੇ ਹਨ ਕਿ ਭਾਈ ਤੂੰ ਹੁਣ ਵਿਰਧ ਹੋ ਗਿਆ ਹਜੇ ਵੀ ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੂੰ ਜਾਣਿਆ ਨਹੀਂ ਅਸੀਂ ਮਾਤ ਲੋਕ ਦੇ ਵਿੱਚ ਆ ਕੇ ਇਹਨਾਂ ਤਨ ਤਰ੍ਹਾਂ ਦੀ ਸੰਪਤੀ ਦੇ ਨਾਲ ਜੁੜ ਕੇ ਇਹਨੂੰ ਅਸੀਂ ਆਪਣੀ ਕਰਕੇ ਮੰਨ ਲਿਆ ਕਿ ਧਨ ਸਾਡਾ ਹੈ ਸਾਰੇ ਸਾਖ ਸੰਬੰਧੀ ਭੈਣ ਭਰਾ ਸਾਡੇ ਹਨ ਸੰਪਤੀ ਜ਼ਾਇਦਾਦ ਮਹਿਲ ਮਾੜੀਆਂ ਜਿੰਨੀ ਵੀ ਪ੍ਰਾਪਰਟੀ ਹੈ ਸੇ ਸਾਰੀ ਸਾਡੀ ਨਿਨ ਸਤਿਗੁਰੂ ਜੀ ਆਖਦੇ ਹਨ ਗੁਰਬਾਣੀ ਅੰਦਰ ਕਿ ਸਭ ਕੁਝ ਆਪਣਾ ਇੱਕ ਰਾਮ ਪਰਾਇਆ ਅਸੀਂ ਸਭ ਕੁਝ ਆਪਣਾ ਮੰਨਿਆ ਧੀਆਂ ਪੁੱਤਰ ਪੈਣ ਭਰਾ ਸੰਪਤੀ ਇਹ ਸਭ ਕੁਝ ਅਸੀਂ ਆਪਣਾ ਮੰਨਿਆ ਅਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਰਾਇਆ ਮੰਨਿਆ ਕਿਉਂਕਿ ਸਾਡਾ ਮੋਹ ਇਹਨਾਂ ਪਦਾਰਥਾਂ ਦੇ ਵਿੱਚ ਲੱਗਾ ਹੋਇਆ ਹੈ ਅਤੇ ਉਸ ਵਾਹਿਗੁਰੂ ਪਰਮੇਸ਼ਰ ਅਸੀਂ ਮਨ ਹਿਰਦੇ ਵਿੱਚੋਂ ਬੁਲਾਇਆ ਹੋਇਆ ਥਾਂ ਕਰਕੇ ਸਤਿਗੁਰੂ ਜੀ ਆਖਦੇ ਹਨ ਕਿ ਸਭ ਕੁਝ ਆਪਣਾ ਕਰਕੇ ਮੰਨੀ ਬੈਠਾ ਹੈ ਅਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਨਹੀਂ ਜੁੜਿਆ ਹੁਣ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਧਨ ਧਾਰਾ ਸੰਪਤ ਸਗਰ ਜਿੰਨੇ ਵੀ ਸੰਸਾਰ ਦੇ ਵਿੱਚ ਆ ਕੇ ਅਸੀਂ ਜਿੰਨੇ ਤਰ੍ਹਾਂ ਦੇ ਵੀ ਪਦਾਰਥ ਇਕੱਤਰ ਕੀਤੇ ਸਾਰਿਆਂ ਦੇ ਨਾਲ ਸਤਿਗੁਰੂ ਜੀ ਆਖ ਦਿਨ ਤੇਰਾ ਐਸਾ ਮੋਹ ਪੈ ਗਿਆ ਕਿ ਤੂੰ ਸੁਬਾਹ ਗੁਰੂ ਪਰਮੇਸ਼ਰ ਨੂੰ ਭੁਲਾ ਦਿੱਤਾ ਅਵਸਾਰ ਦਿੱਤਾ ਕਦੇ ਯਾਦ ਹੀ ਨਹੀਂ ਕੀਤਾ ਸਤਿਗੁਰੂ ਜੀ ਪਹਿਲਾਂ ਸਾਨੂੰ ਦੱਸਦੇ ਹਨ ਧਨ ਇਹ ਵਾਰ ਅਸੀਂ ਭਲੇਖੇ ਵਿੱਚ ਪੈ ਜਾਂਦੇ ਹਾਂ ਕਿਸੇ ਵੀ ਦੇਸ਼ ਦੀ ਜਿਹੜੀ ਕਰੰਸੀ ਹੈ ਉਨੂੰ ਧਨ ਆਖਿਆ ਜਾਂਦਾ ਹੈ ਅਸੀਂ ਆਖਦੇ ਹਾਂ ਮਾਇਆ ਜਿਹੜੀ ਮਾਇਆ ਹੈ ਉਹ ਬੜੀ ਪਰਬਲ ਹੈ ਉਸ ਮਾਇਆ ਤੋਂ ਬਚਣਾ ਹੈ ਕਿ ਜਿਹੜਾ ਧਨ ਹੈ ਇਹ ਸਾਡੇ ਜੀਵਨ ਦਾ ਗੁਜ਼ਾਰਾ ਹੈ ਮਾਇਆ ਗੁਜ਼ਾਰਾ ਗੁਜ਼ਾਰੇ ਕਰਨ ਵਾਸਤੇ ਸਾਡੇ ਕੋਲ ਧਨ ਹੋਣਾ ਜ਼ਰੂਰੀ ਹੈ ਇਸ ਕਰਕੇ ਸਿ ਧਨ ਤੋਂ ਨਫ਼ਰਤ ਨਹੀਂ ਕਰਨੀ ਅਤੇ ਮਾਇਆ ਤੋਂ ਬਚ ਕੇ ਰਹਿਣਾ ਮਾਇਆ ਕੀ ਹੈ ਕਿ ਜਦੋਂ ਵਾਹਿਗੁਰੂ ਪਰਮੇਸ਼ਰ ਵਿਸਰ ਜਾਵੇ ਉਹਨੂੰ ਮਾਇਆ ਆਖਦੇ ਹਨ ਜਦੋਂ ਵਾਹਿਗੁਰੂ ਪਰਮੇਸ਼ਰ ਵਿਸਰ ਜਾਵੇ ਚਾਹੇ ਇਸ ਧਨ ਦੇ ਵਿੱਚ ਲੱਗਿਆ ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਭੁੱਲ ਜਾਵੇ ਇਸ ਧਨ ਦੀ ਪ੍ਰਾਪਤੀ ਵਾਸਤੇ ਇਸ ਧਨ ਦੇ ਪ੍ਰਾਪਤੀ ਵਾਸਤੇ ਇੱਧਰ ਉੱਧਰ ਭੱਜਿਆਂ ਫਿਰਦਿਆਂ ਧੰਧਿਆਂ ਵਿੱਚ ਲੱਗਿਆਂ ਉਹ ਵਾਹਿਗੁਰੂ ਪਰ ਉੱਜਾਵੇ ਤਾਂ ਮਾਇਆ ਹੈ। ਇਹ ਹੀ ਧਨ। ਸਤਿਗੁਰੂ ਜੀ ਆਖਦੇ ਹਨ ਭਾਈ ਸੰਸਾਰ ਵਿੱਚ ਆ ਕੇ ਧਨ ਨੂੰ ਤੂੰ ਆਪਣਾ ਮੰਨਿਆ ਜਨ ਆਪਣੀ ਕਰਮਾਨ ਇਸ ਧਨ ਨੂੰ ਆਪਣਾ ਕਰਕੇ ਮੰਨਿਆ ਕਿ ਮੇਰਾ ਧਨ ਹੈ। ਧਾਰਾ ਇਸਤਰੀ ਧੀਆ ਪੁੱਤਰ ਇਸਤਰੀ ਮਾਤਾ ਪਿਤਾ ਸਾਖ ਸੰਵੰਦੀ ਇਹਨਾਂ ਨੂੰ ਆਪਣਾ ਬਣਾਈ ਬੈਠਾ ਹੈ ਸੰਪਤੀ ਨੂੰ ਤੂੰ ਆਪਣੀ ਮੰਨੀ ਬੈਠਾ ਹੈ ਇਹ ਤੇਰੇ ਨਾਲ ਨਹੀਂ ਬਣਵਾਲੇ ਨਹੀਂ ਹਨ ਇਹ ਤੇਰਾ ਇੱਥੇ ਸਾਥ ਛੱਡ ਜਾਣਗੇ ਉਹ ਵਾਹਿਗੁਰੂ ਪਰਮੇਸ਼ਰ ਨੇ ਧਨ ਜਿਹੜਾ ਹੈ ਤੇਰੇ ਜੀਵਨ ਦੇ ਗੁਜ਼ਾਰੇ ਵਾਸਤੇ ਦਿੱਤਾ ਹੈ ਪਰ ਅਸੀਂ ਅੰਤ ਤਾਈ ਦੇ ਵਿੱਚ ਪੈ ਕੇ ਮੂਰਖਤਾ ਦੇ ਵਿੱਚ ਪੈ ਕੇ ਅਸੀਂ ਭੁਲਾ ਦਿੰਦੇ ਕਿ ਸਾਰਾ ਧਨ ਮੇਰਾ ਹੈ ਮੇਰੀ ਮੇਰੀ ਦੇ ਵਿੱਚ ਹੀ ਅਸੀਂ ਜੀਵਨ ਲਗਾ ਦਿੰਦੇ ਹਾਂ ਸਤਿਗੁਰੂ ਜੀ ਵਚਨ ਕਰਦੇ ਹਨ ਸੋ ਮੈਂ ਧਨ ਰਾਖਣ ਕੋ ਦੀਆ ਮੁਗਧ ਕਹੇ ਧਨ ਮੇਰਾ ਹੁਣ ਸੂਮ ਨੂੰ ਸਾਨੂੰ ਵਾਹਿਗੁਰੂ ਪਰਮੇਸ਼ਰ ਨੇ ਧਨ ਵਰਤਣ ਵਾਸਤੇ ਦਿੱਤਾ ਹੈ ਪਰ ਅਸੀਂ ਮੂਰਖ ਮੂਰਖ ਆਖਦਾ ਹੈ ਧਨ ਮੇਰਾ ਇਹ ਤਾਂ ਵਾਹਿਗੁਰੂ ਪਰਮੇਸ਼ਰ ਦੀ ਦਾਤ ਹੈ ਜਿਹੜਾ ਧਨ ਹੈ ਇਹ ਕਿਸੇ ਦਾ ਨਹੀਂ ਬਣਦਾ ਇਹਨੂੰ ਤਾਂ ਵਿਦਵਾਨਾਂ ਨੇ ਬਨੇਰੀ ਦਾ ਕਾਂ ਆਖਿਆ ਹੈ ਜਿਸ ਤਰ੍ਹਾਂ ਕਾਂ ਇੱਕ ਬਨੇਰੀ ਤੇ ਟਿਕਦਾ ਨਹੀਂ ਇੱਥੇ ਬੈਠਾ ਕਾਮਾ ਰੌਲੀ ਪਾਈ ਉੱਡ ਕੇ ਦੂਜੇ ਬਨੇਰੀ ਤੇ ਉੱਥੇ ਕਾਮਾ ਰੌਲੀ ਪਾਈ ਫਿਰ ਤੀਜੇ ਪਾਸੇ ਇਸੇ ਤਰ੍ਹਾਂ ਜਿਹੜਾ ਧਨ ਹੈ ਇਹ ਪੱਕਾ ਕਿਸੇ ਕੋਲ ਨਹੀਂ ਰਹਿੰਦਾ ਇਹ ਤਾਂ ਅੱਜ ਐਸ ਕੱਲ ਨੂੰ ਦੂਜੇ ਘਰ ਪਰ ਇਹ ਮੂਰਖ ਮੁਗਦ ਮੂਰਖ ਆਖਦਾ ਏ ਧਨ ਮੇਰਾ ਬਣੇ ਲਕੋਲ ਕੋਕੇ ਰੱਖਦਾ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿਹੜੀ ਬੈਂਕ ਦੇ ਵਿੱਚ ਖਾਤਾ ਹੈ ਘਰ ਦੇ ਵਿੱਚ ਲਕੋਲ ਕੋਕੇ ਰੱਖਦਾ ਸੋ ਮੈਂ ਧਨ ਰੱਖਣ ਕੋ ਦਿਆ ਮੁਗਦ ਆਖੇ ਧਨ ਮੇਰਾ ਕਿ ਮੇਰਾ ਇਹ ਧੰਨ ਮੇਰਾ ਧੰਨ ਦੇ ਵਿੱਚ ਲੈ ਕੇ ਵਾਹਿਗੁਰੂ ਪਰਮੇਸ਼ਰ ਭਲਾ ਦਿੱਤਾ ਤੇ ਉਸ ਸਮਾਂ ਆ ਗਿਆ ਜਦੋਂ ਇਸ ਸੰਸਾਰ ਤੋਂ ਜਾਣਾ ਸੀ ਜਮ ਕਾ ਡੰਡ ਮੂੜ ਮੈਂ ਲਾਗੈ ਖਿੰਦ ਮੈਂ ਕਰੇ ਨਵੇਰਾ ਜਦੋਂ ਜਮਾ ਦਾ ਡੰਡਾ ਆ ਕੇ ਮੂੜ ਮੈਂ ਲਾਗੈ ਆ ਕੇ ਸਰਦੀ ਵਿੱਚ ਵੱਜਿਆ ਫਿਰ ਖਿੰਮੇ ਕਰੇ ਨਵੇਰਾ ਖਿੰ ਪਰ ਵਿੱਚ ਨਵੇੜਾ ਹੋ ਜਾਂਦਾ ਹੈ ਵੇਖਦਾ ਜਿਸ ਧਨ ਦੇ ਕਾਰਨ ਸਾਰੀ ਜ਼ਿੰਦਗੀ ਲੰਗਾ ਦਿੱਤੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਹੀ ਨਹੀਂ ਕੀਤਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਦੇ ਯਾਦ ਹੀ ਨਹੀਂ ਕੀਤਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਬੈਠਾ ਅਤੇ ਉਹ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ ਸੀ ਜੁੜਿਆ ਹੀ ਨਹੀਂ ਉਹ ਅਸਲੀ ਧਨ ਤਾਂ ਇਕੱਠਾ ਕੀਤਾ ਹੀ ਨਹੀਂ ਜਿਹੜਾ ਸੰਸਾਰੀ ਧਨ ਸੀ ਇਹ ਨੂੰ ਇਕੱਠਾ ਕਰਦਾ ਰਿਹਾ ਇਹ ਨੂੰ ਇਕੱਠਾ ਕਰਦਾ ਰਿਹਾ ਉਸ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਅਖੋਟ ਧਨ ਸੀ ਉਹ ਮੈਂ ਪ੍ਰਾਪਤ ਨਹੀਂ ਕੀਤਾ ਫਿਰ ਉਦੋਂ ਯਾਦ ਆਉਂਦੀ ਹੈ ਜਦੋਂ ਜਮਾ ਦਾ ਡੰਡਾ ਸਿਰ ਦੇ ਵਿੱਚ ਵੱਜਦਾ ਹੈ ਦਾਰਾ ਇਸਤਰੀ ਇਹ ਇਸਤਰੀ ਇਹਾਂ ਪੁੱਤਰ ਮਾਤਾ ਪਿਤਾ ਦੇ ਮੋਹ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰੀ ਬੈਠਾ ਹੈ ਪਰਿਵਾਰ ਨੂੰ ਹੀ ਆਪਣਾ ਕਰਕੇ ਮੰਨੀ ਬੈਠਾ ਹੈ ਇਹ ਪਰਿਵਾਰ ਨੇ ਤੇਰੇ ਨਾਲ ਨਹੀਂ ਨਿਭਣਾ ਇਸ ਪਰਿਵਾਰ ਨੇ ਤੇਰੇ ਨਾਲ ਨਹੀਂ ਨਿਭਣਾ ਤੇਰੇ ਨਾਲ ਨਹੀਂ ਕਿਸੇ ਨੇ ਵੀ ਤੇਰੀ ਸਹਾਇਤਾ ਨਹੀਂ ਕਰਨੀ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਸਗਲ ਜਗਤ ਮੈਂ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨ ਕੋਈ ਸਾਰੇ ਆਪੋ ਆਪਣੇ ਸੁਖ ਵਾਸਤੇ ਤੇਰੇ ਨਾਲ ਲੱਗੇ ਹੋਏ ਹਨ ਤੇਰਾ ਸੰਗ ਕੀਤਾ ਹੋਇਆ ਹੈ ਹਤੇ ਦੁਖ ਮੈਂ ਸੰਗ ਨ ਕੋਈ ਜਦੋਂ ਦੁੱਖ ਬਣਿਆ ਅੰਤਮ ਸਮਾ ਬਣਿਆ ਉਦੋਂ ਤੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ ਧਾਰਾ ਅਮੀਰ ਪੂਤ ਸੰਬੰਧੀ ਸਗਰੇ ਧਨਕ ਸੋ ਲਾਗੇ ਦਾਰਾ ਇਸਤਰੀ ਮੀਤ ਮਿੱਤਰ ਪੋਤ ਪੁੱਤਰ ਸੰਬੰਧੀ ਸਾਖ ਸੰਬੰਧੀ ਧੀਆ ਪੁੱਤਰ ਸਾਖ ਸੰਬੰਧੀ ਸਗਰੇ ਸਾਰੇ ਹੀ ਧਨ ਸਿਓ ਲਾਗੇ ਧਨ ਦੀ ਪ੍ਰਾਪਤੀ ਵਾਸਤੇ ਜੀ ਤੀਰੇ ਕੋਲ ਧਨ ਹੈ ਉਹਨਾਂ ਚਰ ਤੇਰੇ ਨਾਲ ਇਹਨਾਂ ਦਾ ਸੰਬੰਧ ਹੈ ਇਨਾਂ ਦਾ ਤੇਰੇ ਨਾਲ ਉਨਾ ਚਿਰ ਹੀ ਸੰਬੰਧ ਹੈ ਜਿੰਨਾ ਚਿਰ ਤੇਰੇ ਕੋਲ ਰੁਪਏ ਹਨ ਧਨ ਹੈ ਤੇ ਜਦੋਂ ਜਦ ਹੀ ਨਿਰਧਨ ਦੇਖਿਓ ਨਰਕੋ ਸੰਗ ਛਾੜਤ ਸਭ ਭਾਗੇ ਜਦੋਂ ਹੀ ਨਿਰਧਨ ਦੇਖਿਆ ਤੇ ਕੋਲੇ ਰੁਪਏ ਨਹੀਂ ਹਨ ਉਹਦੇ ਸੰਗ ਛੱਡ ਦਿੰਦੇ ਹਨ ਹੁਣ ਕਮਾਈ ਕਰਨੋਂ ਹਟ ਗਿਆ ਹੁਣ ਇਹਦੇ ਕੋਲੇ ਕੀ ਹੈ ਫਿਰ ਕੋਈ ਬਾਤ ਨਹੀਂ ਪੁੱਛਦਾ ਫਿਰ ਕੋਈ ਸਲਾਹ ਨਹੀਂ ਲੈਂਦਾ ਹੁਣ ਸਾਰੇ ਸਲਾਹਾਂ ਲੈਂਦੇ ਹਨ ਇਸ ਕਰਕੇ ਸਤਿਗੁਰੂ ਜੀ ਆਖਦੇ ਨੇ ਇਹਨਾਂ ਨੂੰ ਤੂੰ ਆਪਣੀ ਬਣਾਈ ਬੈਠਾ ਇਹਨਾਂ ਨੇ ਤੇਰਾ ਸਾਥ ਨਹੀਂ ਨਿਭਾਉਣਾ ਜਦੋਂ ਹੀ ਤੈਨੂੰ ਦੇਖਿਆ ਵੀ ਇਹਦੇ ਕੋਲੇ ਕੁਝ ਹੈ ਨਹੀਂ ਉਦੋਂ ਹੀ ਤੇਰਾ ਸੰਗ ਛੱਡ ਦੇਣਾ ਹੈ ਜੀਨਾ ਨਾ ਸਗਲ ਭੈ ਪੰਜਨ ਜਸ ਤਾਂ ਕੋ ਵਿਸਰਾਇਓ ਉਹ ਦੀਨਾ ਗਰੀਬਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਕੇ ਉਹਦੇ ਜਸ ਨੂੰ ਉਹਦੀ ਵਡਿਆਈ ਨੂੰ ਉਹਦੇ ਨਾਮ ਨੂੰ ਵਿਸਾਰ ਕੇ ਤੁਸੀਂ ਧਨ ਦੇ ਵਿੱਚ ਲੱਗਾ ਹੋਇਆ ਸੋਕੇ ਹੀਤ ਬਹੁਤ ਦੁਖ ਪਾਵਤ ਸੇਵਾ ਕਰਤ ਜਨ ਜਨ ਕੀ ਦਵਾਰ ਦਵਾਰ ਸਵਾਨ ਜੋ ਢੋਲਤ ਨ ਸੋਧ ਰਾਮ ਭਜਨ ਕੀ ਐਸੀ ਹਾਲਤ ਬਣੀ ਹੋਈ ਹੈ ਜੀ ਧਨ ਦੀ ਪ੍ਰਾਪਤੀ ਵਾਸਤੇ ਧੀਆਂ ਪੁੱਤਰਾਂ ਦੀ ਪ੍ਰਾਪਤੀ ਵਾਸਤੇ ਸਤਿਗੁਰੂ ਜੀ ਆਖਦੇ ਹਨ ਕਿ ਭਾਈ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਸ ਸੰਸਾਰ ਦੇ ਵਿੱਚ ਝੂਠੀ ਪ੍ਰੀਤ ਦੇਖੀ ਹੈ ਸੰਸਾਰੀ ਜੀਵਾਂ ਨੇ ਧੀਆਂ ਪੁੱਤਰਾਂ ਮਾਤਾ ਪਿਤਾ ਭੈਣ ਭਰਾ ਮਿੱਤਰ ਸਾਖ ਸੰਬੰਧੀ ਸਭ ਦੀ ਤੇਰੇ ਨਾਲ ਪ੍ਰੀਤ ਝੂਠੀ ਹੈ ਤੂੰ ਵੇਖਦਾ ਹੈ ਕਿ ਮੇਰਾ ਬੜਾ ਸਤਿਕਾਰ ਕਰਦੇ ਹਨ ਮੇਰਾ ਬੜਾ ਸਤਿਕਾਰ ਕਰਦੇ ਹਨ ਪਰ ਇਹ ਤਾਂ ਆਪਣੇ ਸੁੱਖ ਦੇ ਲਈ ਹੀ ਤੇਰੇ ਨਾਲ ਜੁੜੇ ਹੋਏ ਹਨ ਜਦੋਂ ਤੈਨੂੰ ਨਿਰਧਨ ਦੇਖਿਆ ਉਹਦੇ ਤੈਨੂੰ ਛੱਡ ਜਾਣਾ ਇਹ ਜਗਤ ਦੀ ਜਿਹੜੀ ਪ੍ਰੀਤ ਹੈ ਝੂਠੀ ਹੈ ਆਪਣੇ ਹੀ ਸੁੱਖ ਸਿਉ ਲਾਗੇ ਕਿਆ ਦਾਰਾ ਕਿਆ ਮੀਤ ਆਪਣੇ ਹੀ ਸੁੱਖ ਵਾਸਤੇ ਸਾਰੇ ਤੇਰੇ ਨਾਲ ਸੰਬੰਧ ਬਣਾਇਆ ਹੋਇਆ ਹੈ ਕਿਆ ਦਾਰਾ ਕਿਆ ਮੀਤ ਹੀ ਇਸਤਰੀ ਤੇ ਕੀ ਮਿੱਤਰ ਦੋਸਤ ਸਭ ਤੇਰਾ ਸੰਗ ਛੱਡ ਜਾਣਗੇ ਜਦੋਂ ਤੇਰੀ ਪਾਸ ਧਨ ਨਾ ਹੋਇਆ ਮੇਰੋ ਮੇਰੋ ਸਭੋ ਕਹਿ ਤਹਤ ਹਿਤ ਸਿਓ ਬਾਧਿਓ ਚੀਤ ਸਾਰੇ ਮੇਰਾ ਮੇਰਾ ਆਖਦੇ ਹਨ ਪੁੱਤਰ ਆਖਦਾ ਮੇਰਾ ਪਿਤਾ ਹੈ ਧੀ ਆਖਦੀ ਮੇਰਾ ਪਿਤਾ ਹੈ ਮਾਤਾ ਪਿਤਾ ਆਖਦੇ ਹਨ ਕਿ ਸਾਡਾ ਪੁੱਤਰ ਹੈ ਇਸਤਰੀ ਆਖਦੀ ਮੇਰਾ ਸਿਰ ਦਾ ਸੁਹਾਗ ਹੈ ਪਰ ਜਦੋਂ ਇਹ ਸਾਰਾ ਮੂਹ ਦੇ ਨਾਲ ਮੋਦੇ ਕਾਰਨ ਤੇਰੇ ਨਾਲ ਹਿੱਤ ਕਰ ਰਹੇ ਨੇ ਪਰ ਜਦੋਂ ਤੈਨੂੰ ਨਿਰਧਨ ਦੇਖਿਆ ਉਦੋਂ ਹੀ ਸੰਗ ਛੱਡ ਜਾਣਾ ਹਿੱਤ ਕੇ ਹਿੱਤ ਸਿਉ ਬਾਧਿਓ ਚੀਤ ਇਹ ਮਾਇਆ ਦੇ ਹਿੱਤ ਕਰਕੇ ਤੇਰੇ ਨਾਲ ਉਹਨਾਂ ਨੇ ਚਿੱਤ ਜੋੜਿਆ ਹੋਇਆ ਸਾਰੇ ਮੇਰੀ ਮੇਰੀ ਕਰਦੇ ਹਨ ਮੇਰਾ ਹੈ ਮੇਰਾ ਪਰ ਕੋਈ ਵੀ ਤੇਰੇ ਨਾਲ ਨਿਭਣ ਵਾਲਾ ਨਹੀਂ ਇਹਨਾਂ ਨੂੰ ਤੂੰ ਆਪਣੇ ਬਣਾਈ ਬੈਠਾ ਹੈ ਅੰਤ ਕਾਲ ਸੰਗੀ ਨਹ ਕੋ ਇਹ ਅਚਰਜ ਹੈ ਰੀਤ ਸਤਿਗੁਰੂ ਜੀ ਆਖਦੇ ਹਨ ਕਿ ਭਾਈ ਅੰਤ ਦੇ ਸਮੇਂ ਕਿਸੇ ਨੇ ਤੇਰੇ ਨਾਲ ਨਹੀਂ ਨਿਭਣਾ ਇਹ ਸੰਸਾਰ ਦੀ ਅਚਰਜ ਰੀਤ ਹੈ ਹਨਾਨੀ ਜਨਕ ਰੀਤ ਹੈ ਕਿ ਸਾਰੀ ਉਮਰ ਇਹਨਾਂ ਦੇ ਪਾਲਣ ਪੋਸ਼ਣ ਦੇ ਵਿੱਚ ਇਹਨਾਂ ਨੂੰ ਪਾਲਣ ਪੋਸ਼ਣ ਦੇ ਵਿੱਚ ਲੰਘਾ ਦਿੱਤੀ ਬੜੀਆਂ ਠੱਗੀਆਂ ਧੋਖੇ ਪ੍ਰੇਮ ਕੀਤੇ ਅੰਤ ਦੇ ਸਮੇਂ ਕੋਈ ਵੀ ਸਾਥੀ ਨਹੀਂ ਬਣਿਆ ਕਿਸੇ ਨੇ ਤੇਰੀ ਸਹੈਤਾ ਨਹੀਂ ਕੀਤੀ ਭਗਵਾਨ ਜੀ ਵਚਨ ਕਰਦੇ ਹਨ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਤਦਾਰਾ ਪੈ ਆਣਲ ਸੁਤਦਾਰਾ ਪੈ ਆਣ ਲਟਾਵੇ ਬੜੀਆਂ ਠੱਗੀਆਂ ਮਾਰ ਕੇ ਧੋਖੇ ਕਰਕੇ ਧਨ ਲੈ ਕੇ ਆਉਂਦਾ ਸੁਤਦਾਰਾ ਇਸਤਰੀ ਪੁੱਤਰ ਨੂੰ ਲਿਆ ਕੇ ਦੇ ਦਿੰਦਾ ਹੈ ਇਸਤਰੀ ਨੂੰ ਗਹਿਣੇ ਬਣਾ ਕੇ ਦਿੰਦਾ ਹੈ ਇਸਤਰੀ ਬੜੀ ਖੁਸ਼ ਹੁੰਦੀ ਹੈ ਫਿਰ ਪੁੱਤਰਾ ਨੂੰ ਵਰਤਣ ਵਾਸਤੇ ਰੁਪਏ ਦਿੰਦਾ ਪੁੱਤਰ ਆਖਦੇ ਹਨ ਬਾਪੂ ਵਰਗਾ ਹਾਈ ਕੋਈ ਨਹੀਂ ਕਿਉਂਕਿ ਰੁਪਏ ਮਿਲ ਰਹੇ ਹਨ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਤਦਾਰਾ ਭਿਆਨ ਲੁੱਟਾਵੈ ਅੰਤ ਨਵੇਰਾ ਤੇਰੇ ਜੀ ਪੈ ਲੀਜੈ ਏ ਭਾਈ ਅੰਤ ਦੇ ਸਮੇਂ ਤੇਰੇ ਪਾਸੋਂ ਹਿਸਾਬ ਕਿਤਾਬ ਲੈਣਾ ਹੈ ਧਰਮ ਰਾਜ ਨੇ ਤੇਰੇ ਕੋਲੋਂ ਪੁੱਛਣਾ ਇਹ ਠੱਗੀਆਂ ਮਾਰੀਆਂ ਉਦੋਂ ਕੀ ਜਵਾਬ ਦੇਵੇਂਗਾ ਹੁਣ ਤੂੰ ਇਹਨਾਂ ਨੂੰ ਆਪਣੇ ਬਣਾ ਕੇ ਸਭ ਕੁਝ ਠੱਗੀਆਂ ਮਾਰ-ਮਾਰ ਕੇ ਇਹਨਾਂ ਨੂੰ ਲੁਟਾ ਰਿਹਾ। ਸਤਿਗੁਰੂ ਜੀ ਆਖਦੇ ਨੇ ਅੰਤ ਕਾਲ ਸੰਗੀ ਨਹਿ ਕੋ ਇਹ ਚਾਰਜ ਹੈ ਰੀਤ ਇਸ ਸੰਸਾਰ ਦੀ। ਹੈਰਾਨੀ ਜਨਕ ਰੀਤ ਹੈ। ਇਸ ساری ਉਮਰ ਇਹਨਾਂ ਦੇ ਪਾਲਣ-ਪੋਸ਼ਣ ਵਿੱਚ ਲੰਗਾ ਦਿੱਤੀ। ਤੇ ਔਖੇ ਸਮੇਂ ਕੋਈ ਵੀ ਤੇਰਾ ਸੰਗੀ ਨਹੀਂ ਬਣਿਆ। ਸਤਿਗੁਰੂ ਜੀ ਆਖਦੇ ਹਨ ਨਾਨਕ ਪੌਜਲ ਪਾਰ ਪਰੇ। ਜੋ ਗਾਵੇ ਪ੍ਰਭ ਕੇ ਗੀਤ ਉਹ ਸੰਸਾਰ ਭਵਜਲ ਤੋਂ ਪਾਰ ਹੋ ਜਾਂਦੇ ਹਨ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਹਨ ਇੱਥੇ ਵੀ ਸਤਿਗੁਰੂ ਜੀ ਸਾਨੂੰ ਹਰੰਭਤਾ ਹੀ ਇਥੋਂ ਕਰਦੇ ਹਨ ਗੁਣ ਗੋਬਿੰਦ ਗਾਇਓ ਨਹੀਂ ਉਸ ਪ੍ਰਮਾਤਮਾ ਦੇ ਤੂੰ ਗੁਣ ਗਾਏ ਨਹੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਤੂੰ ਗੁਣ ਗਾਏ ਨਹੀਂ ਅਤੇ ਅੰਤ ਦੇ ਸਮੇਂ ਤੈਨੂੰ ਉਸ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ ਸੰਪਤ ਜਿਹੜੀ ਸੰਪਤੀ ਹੈ ਜੈਦਾਤ ਹੈ ਤੇਰੀ ਮਾਲਕੀ ਹੈ ਉਹਨੂੰ ਤੂੰ ਆਪਣੀ ਬਣਾਈ ਬੈਠਾ ਇਹਨੇ ਵੀ ਤੇਰਾ ਸਾਥ ਨਹੀਂ ਨਿਭਾਉਣਾ ਸਤਿਗੁਰੂ ਭਗਤ ਨਾਮਦੇਵ ਜੀ ਪਾਵਨ ਬਾਣੀ ਅੰਦਰ ਵਚਨ ਕਰਦੇ ਹਨ ਕਾਹੀ ਨੇ ਅਰੇ ਨਰ ਗਰਭ ਕਰਤ ਹੈ ਬਿਨਸ ਜਾਏ ਇਹ ਝੂਠੀ ਦੇਹ ਇਹ ਜਿਹੜੀ ਝੂਠੀ ਦੇਹ ਹੈ ਇਹਨੇ ਕਿਨਾ ਇੱਕ ਦਿਨ ਬਿਨਸ ਜਾਣਾ ਹੈ ਕਾਦੇ ਵਾਸਤੇ ਤੂੰ ਮਾਨ ਕਰਦਾ ਉਸ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਮੀਰੀ ਮੀਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ ਜਿਹੜੇ ਕੈਰੋ ਪੰਡਵਾਂ ਦਾ ਸੀ ਜੰਗ ਸੁਣਦੇ ਹਾਂ ਸਤਿਗੁਰਾਂ ਨੇ ਇਥੇ ਉਦਾਹਰਣ ਦਿੱਤੀ ਹੈ ਕਿ ਜਿਹੜੇ ਜਿੱਥੋਂ ਇਹ ਪ੍ਰਸਾਦ ਵਧਿਆ ਜਿਹੜੇ ਕੈਰਵਸਨ ਉਹ ਆਖਦੇ ਸਨ ਕਿ ਅਸੀਂ ਰਾਜ ਭਾਗ ਦੇ ਮਾਲਕ ਹਾਂ ਪਾਂਡਵ ਕੀ ਲੱਗਦੇ ਹਨ ਸਤਿਗੁਰੂ ਜੀ ਇਥੇ ਉਦਾਹਰਣ ਦਿੰਦੇ ਹਨ ਕਿ ਉਹ ਕੈਰੋਂ ਉਹਨਾਂ ਦਾ ਰਾਜਾ ਦੁਰਯੋਧਨ ਉਹ ਆਖਦਾ ਸੀ ਕਿ ਸਭ ਕੁਝ ਮੇਰਾ ਹੈ ਇਹ ਪਾਂਡਵੋ ਕੀ ਲੱਗਦੇ ਹਨ ਧਰਤੀ ਦਾ ਸੰਪਤੀ ਦਾ ਜਾਇਦਾਦ ਦਾ ਮਾਨ ਕਦਾਈ ਰਾਜ ਭਾਗ ਦਾ ਤਾਂ ਸਤਿਗੁਰੂ ਜੀ ਆਖਦੇ ਨੇ 12 ਯੋਜਨ ਛਤਰ ਚਲੇ ਥਾ ਗਿਰ ਦੇਹੀ ਗਰਜਣ ਖਾਈ ਉਹਦੇ ਸਿਰ ਦੇ ਉੱਪਰ ਛਤਰ ਜਿਹੜਾ 12 ਕੋਹ ਦੇ ਵਿੱਚ ਅੱਜ ਦੇ ਸਮੇਂ ਦੇ 48 ਕੋਹ ਦੇ ਵਿੱਚ ਛਤਰ ਸੀ ਐਡਾ ਵੱਡਾ ਜਿਹੜਾ ਕਿ ਫੌਜ ਚੱਕ ਕੇ ਤੁਰਦੀ ਸੀ ਉਸ ਛਤਰ ਦੇ ਥੱਲੇ ਜੋ ਰਾਜਾ ਦਰਯੋਜਨ ਉਸ ਸ਼ਤਰ ਦੇ ਹੀਠਾਂ ਚੱਲਦਾ ਸੀ ਏਡੀ ਵੱਡੀ ਉਹਦੀ ਸੰਸਾਰ ਵਿੱਚ ਪ੍ਰਪਤਾ ਸੀ ਤੇ ਜਦੋਂ ਜੰਗ ਦੇ ਵਿੱਚ ਮਾਰਿਆ ਗਿਆ ਤਾਂ ਦੇਹੀ ਗਿਰਜਣ ਖਾਈ ਗਿਰ ਜਾਣੀ ਖਿੱਚ ਖਿੱਚ ਕੇ ਤੋੜ ਤੋੜ ਕੇ ਉਸ ਦੀ ਦੇ ਮਾਸ ਨੂੰ ਖਾਦਾ ਜਿਹੜਾ ਬੜਾ ਮਾਣ ਕਰਦਾ ਸੀ ਸੰਪਤੀ ਦਾ ਫਿਰ ਭਗਤ ਨਾਮਦੇਵ ਜੀ ਸਾਨੂੰ ਇੱਕ ਹੋਰ ਉਦਾਹਰਣ ਦਿੰਦੇ ਹਨ ਸਰਬ ਸੋਨ ਕੀ ਲੰਕਾ ਹੋਤੀ 라ਵਣ ਸੇ ਅਧਿਕਾਈ ਕਹਾ ਪਿਓ ਦਰਬਾਦੇ ਹਾਥੀ ਖਿੰਮੇ ਪਈ ਪਰਾਈ ਸੋਨੇ ਦੀ ਲੰਕਾ 라ਵਣ ਦੀ ਸੋਨੇ ਦੀ ਲੰਕਾ ਸਰਬ ਸੋਨ ਕੀ ਲੰਕਾ ਹੋਤੀ 라ਵਣ ਸੇ ਅਧਿਕਾਈ ਸੰਸਾਰ ਦੇ ਵਿੱਚ ਸਭ ਤੋਂ ਅਮੀਰ ਆਦਮੀ 라ਵਣ ਜਿਹਦੀ ਲੰਕਾ سونے ਦੀ ਸੀ ਜਿਹਦਾ ਘਰ ਹੀ سونے ਦਾ ਹੋਵੇ ਜਿਹਦੇ ਘਰ ਦੇ ਵਿੱਚ ਕੰਧਾਂ سونے ਦੀਆਂ ਹੋਣ ਸਾਰੇ ਅਸਮਾਨ سونے ਦਾ ਬਣਿਆ ਹੋਵੇ ਕਿੰਨਾ ਅਮੀਰ ਹੋਵੇਗਾ ਕਿੰਨੇ ਉਹਦੇ ਕੋਲ ਧਨ ਹੋਵੇਗਾ ਹਾਂ ਤੇ ਕਹਾ ਪਿਓ ਦਰਬਾਦ ਦੇ ਹਾਥੀ ਖਿੰਮੇ ਪਈ ਪਰਾਈ ਜਿਹਦੇ ਦਰ ਦੇ ਉੱਪਰ ਗੇਟ ਦੇ ਉੱਪਰ ਹਾਥੀ ਬਣੇ ਹੁੰਦੇ ਸੀ ਹੋਰ ਤਾਂ ਜਾਨਵਰ ਬਣ ਕੇ ਖੜਾਏ ਜਾ ਸਕਦੇ ਹਨ ਉਹਨੇ ਹਾਥੀ ਬਣ ਕੇ ਖੜਾਏ ਹੋਏ ਸਨ ਐਡੀ ਸ਼ਕਤੀ ਦਾ مالک ਸੀ ਇਹਨਾਂ ਧਨੀ ਸੀ ਪਰ ਜਦੋਂ ਰਾਮ ਜੀ ਦੇ ਨਾਲ ਜੰਗ ਹੋਇਆ ਰਾਮ ਜੀ ਨੇ ਤੀਰ ਮਾਰ ਕੇ ਮਾਰ ਸੁੱਟਿਆ ਤਾਂ ਖਿੰਮੇ ਭਈ ਪ੍ਰਾਈ ਇੱਕ ਖਿੰਨ ਪਰ ਦੇ ਵਿੱਚੋਂ ਪ੍ਰਾਈ ਹੋ ਗਈ ਜਿਹੜੀ ਉਹ ਆਪਣੀ ਬਣਾਈ ਬੈਠਾ ਸੀ ਉਹਦੇ ਨਾਲ ਹੋਰ ਅਮੀਰ ਕੌਣ ਹੋ ਸਕਦਾ ਤੇ ਸਰੀਰ ਨੂੰ ਇੱਥੋਂ ਹਰੀ ਹਰ ਹੋਣ ਦੀ ਲੋੜ ਸੀ ਉਦੋਂ ਹੀ ਜਿਹੜੀ ਲੰਕਾ ਸੀ ਹਾਰਾਮ ਜੀ ਨੇ ਭੀਖਾਂ ਨੂੰ ਦੇ ਦਿੱਤੀ ਪ੍ਰਾਈ ਹੋ ਗਈ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਇੱਕ ਹੋਰ ਉਦਾਹਰਨ ਦਿੰਦੇ ਹਨ ਦਰਵਾਸ਼ਾ ਸਾਸਿਓ ਕਰਤ ਠਗੌਰੀ ਜਾਦਵ ਇਹ ਫਲ ਪਾਈ ਜਾਦਵ ਕੁੱਲ ਦੇ ਜਿਹੜੇ ਬੱਚੇ ਸਨ ਉਹਨਾਂ ਨੇ ਦਰਵਾਸ਼ਾ ਰਖੀ ਦੇ ਨਾਲ ਮਸ਼ਕਰੀ ਕੀਤੀ ਤੇ ਜਿਹੜਾ ਦਰਵਾਸ਼ਾ ਰਖੀ ਸੀ ਬੜਾ ਹੀ ਗੁੱਸੇ ਖੋਰ ਸੀ ਅਤੇ ਉਹਨੇ ਗੁੱਸੇ ਦੇ ਵਿੱਚ ਆ ਕੇ ਸਰਾਫ ਦੇ ਦਿੱਤਾ ਜਿਹਦੇ ਕਾਰਨ ਜਾਦਵ ਕੁੱਲ ਦਾ ਖਾਤਮਾ ਹੋਇਆ ਭਗਤ ਜੀ ਸਾਨੂੰ ਸਮਝਾ ਰਹੇ ਹਨ ਕਿ ਭਾਈ ਦੇਖੋ ਦਰਯੋਦਨ ਨਾਲ ਕੋਈ ਵੱਡਾ ਰਾਜਾ ਨਹੀਂ ਹੋ ਸਕਦਾ ਪਰ ਮੈਂ ਮਰੀ ਦੇ ਵਿੱਚ ਫਸ ਕੇ ਹੰਕਾਰ ਦੇ ਵਿੱਚ ਪੈ ਕੇ ਮਾਰਿਆ ਗਿਆ ਫਿਰ ਰਾਵਣ ਨਾਲ ਕੋਈ ਅਮੀਰ ਨਹੀਂ ਹੋ ਸਕਦਾ ਉਹ ਵੀ ਖਿੰਨ ਪਰ ਦੇ ਵਿੱਚ ਉਹ ਲੰਕਾ ਪਰਾਈ ਹੋ ਗਈ ਜਦੋਂ ਇਹ ਸਰੀਰ ਇਹ ਦੇਹ ਜਣੀ ਹੀ ਛੱਡੀ ਲੰਕਾ ਗੜ ਸੋਨੇ ਕਾ ਭਿਆ ਮੂਰਖ ਦੇਖ ਰਾਵਣ ਕਿਆ ਲੈ ਗਿਆ ਗੁਰਬਾਣੀ ਸਾਨੂੰ ਸਮਝਾ ਰਹੀ ਹੈ ਕਿ ਦੇਖ ਭਾਈ ਲੰਕਾ ਗੜ ਸੋਨੇ ਕਾ ਭਿਆ ਜਿਹੜਾ ਰਾਵਣ ਦਾ ਕਿਲਾ ਸੀ ਗੜ ਉਹ ਸੋਨੇ ਦਾ ਸੀ ਲੰਕਾ ਦਾ ਕਿਲਾ ਜਿਹੜਾ ਸੀ ਉਹ ਸੋਨੇ ਦਾ ਸੀ ਮੂਰਖ ਦੇਖ ਰਾਵਣ ਕਿਆ ਲੈ ਗਿਆ ਉਹ ਮੂਰਖਾ ਵੇਖ ਰਾਵਣ ਇੱਥੋਂ ਕੀ ਲੈ ਗਿਆ ਉਹ ਲੰਕਾ ਇੱਥੇ ਹੀ ਪਈ ਰਹਿ ਗਈ ਲੰਕਾ ਦਾ ਕਿਲਾ ਇੱਥੇ ਹੀ ਰਹਿ ਗਿਆ ਰਾਵਣ ਇੱਥੋਂ ਕੀ ਲੈ ਗਿਆ ਜਿਹਨੂੰ ਤੂੰ ਆਪਣੀ ਬਣਾਈ ਫਿਰਦਾ ਜਿਨ੍ਹਾਂ ਨੂੰ ਤੂੰ ਆਪਣੇ ਸਮਝਦਾ ਉਹ ਤਾਂ ਰਾਵਣ ਵਰਗੇ ਵੀ ਇੱਥੇ ਛੱਡ ਗਏ ਵੱਡੇ ਵੱਡੇ ਰਾਜੇ ਮਹਾਰਾਜੇ ਜਿਨ੍ਹਾਂ ਨੇ ਬڑے ਪਾਪ ਕਰਮ ਕਮਾ ਕਮਾ ਕੇ ਜੀਵਾਂ ਤੇ ਜ਼ੁਲਮ ਧਾਰ ਧਾਰ ਕੇ ਜਿਨ੍ਹਾਂ ਨੇ ਜੀਵਾਂ ਤੇ ਜ਼ੁਲਮ ਕਰ ਕਰ ਕੇ ਇਹ ਧਨ ਇਕੱਤਰ ਕੀਤਾ ਰਾਜ ਭਾਗ ਇਕੱਤਰ ਕੀਤਾ ਉਹ ਵੀ ਇੱਥੇ ਸੰਸਾਰ ਦੇ ਵਿੱਚ ਛੱਡ ਗਏ ਤੂੰ ਕੌਣ ਹੈ ਮੂਰਖਾ ਲੰਕਾ ਗੜ੍ਹ ਸੋਨੇ ਦਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਲੰਕਾ ਕਿਲਾ ਜਿਹੜਾ ਸੀ سونے ਦਾ ਸੀ ਦੇਖ ਉਹ ਮੂਰਖ 라ਵਣ ਇਥੋਂ ਕੀ ਲੈ ਗਿਆ ਜਿਨੇ ਐਂਡਾ ਵੱਡਾ ਮੂਰਖ ਕਿ ਜਿਨੇ ਚਾਰ ਵੇਦ ਜਿਹਨੂੰ ਜਵਾਨੀ ਕੰਠ ਫਿਰ ਚਾਰ ਵੇਦਾਂ ਦੀ ਕਥਾ ਅਸੀਂ ਵੇਦਾਂ ਦੀਆਂ ਸੁਰਤੀਆਂ ਨੂੰ ਸੁਣੀਏ ਆਪਣੇ ਮੰਦਰ ਦੇ ਵਿੱਚ ਵੇਦਾਂ ਦੀਆਂ ਸੁਰਤੀਆਂ ਪੜੀਆਂ ਜਾਂਦੀਆਂ ਹਨ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਫੰਡਾ ਜੀ ਕੀ ਬੋਲਦੇ ਹਨ ਇਹ ਬੋਲਦੇ ਕੀ ਹਨ ਸਾਨੂੰ ਪਤਾ ਹੀ ਨਹੀਂ ਲੱਗਦਾ ਪਰ ਐਡਾ ਵਿਦਵਾਨ ਸੰਸਕ੍ਰਿਤੀ ਦੇ ਵਿੱਚੋਂ ਲਿਖੇ ਹੋਏ ਵੇਦਾਂ ਨੂੰ ਪੜਦਾ ਵਿਚਾਰਦਾ ਤੇ ਜਵਾਨੀ ਯਾਦ ਉਹਦੀ ਐਡਾ ਵੱਡਾ ਵਿਦਵਾਨ ਪਰ ਛੋਟੀ ਜੀ ਗਲਤੀ ਕਰਕੇ ਉਹਨੇ ਸਭ ਕੁਝ ਹੀ ਲੁਟਾ ਦਿੱਤਾ ਸਭ ਕੁਝ ਹੀ ਪਰਾਇਆ ਬਣ ਗਿਆ ਇਹ ਡਾ ਕਲੰਕ ਆਪਣੇ ਜੀਵਨ ਦੇ ਵਿੱਚ ਖਟ ਲਿਆ ਰਹਿੰਦੀ ਦੁਨੀਆ ਤੱਕ ਉਹ ਕਲੰਕ ਜਿਹੜਾ ਹੈ ਉਹ ਕਟਿਆ ਨਹੀਂ ਜਾਵੇਗਾ ਰਹਿੰਦੀ ਦੁਨੀਆ ਤੱਕ ਲੋਕ ਰਾਵਣ ਨੂੰ ਯਾਦ ਕਰਨਗੇ ਕਿ ਉਹਨੇ ਆ ਗੰਤੀ ਕੀਤੀ ਮਾਤਾ ਸੀਤਾ ਨੂੰ ਚੁਰਾ ਕੇ ਲੈ ਕੇ ਗਿਆ ਚੱਕ ਕੇ ਲੈ ਕੇ ਗਿਆ ਅਤੇ ਚੱਕ ਕੇ ਲਿਜਾ ਕੇ ਉਹਨੇ ਇਸ ਬਦਲੇ ਦੇ ਵਿੱਚ ਆਪਣੀ ਲੰਕਾ ਜਿਹੜੀ ਸੀ ਉਹ ਸਾਰੀ ਲੰਕਾ ਦਾ ਕਿਲਾ ਜਿਹੜਾ ਸੀ ਉਹ ਬਰਬਾਦ ਕਰ ਲਿਆ ਤੇ ਆਪਣਾ ਜੀਵਨ ਵੀ ਬਰਬਾਦ ਕਰ ਲਿਆ। ਰਾਮ ਜੀ ਨੇ ਤੀਰ ਮਾਰ-ਮਾਰ ਕੇ ਮਾਰ ਦਿੱਤਾ। ਉਹ ਬਾਗ ਉਜਾੜ ਦਿੱਤਾ ਜਿਸ ਬਾਗ ਦੇ ਵਿੱਚ ਮਾਤਾ ਸੀਤਾ ਜੀ ਨੂੰ ਕੈਦ ਕਰਕੇ ਰੱਖਿਆ ਹੋਇਆ ਸੀ। ਤੂੰ ਕੌਣ ਹੁੰਦਾ? ਤੂੰ ਇਨਾ ਸੰਪਤੀ ਦੇ ਵਿੱਚ ਧਨ ਦੇ ਵਿੱਚ ਅਤੇ ਦਾਰਾ ਇਸਤਰੀ ਦੇ ਮੋਹ ਦੇ ਵਿੱਚ ਲੱਗਾ ਇਹਨੂੰ ਆਪਣੀ ਕਰਕੇ ਮੰਨੀ بیٹھا ਹੈ ਅਤੇ ਇਸ ਧੀਰੇ ਨਾਲ ਨਿਭਣ ਵਾਲੀ ਨਹੀਂ ਜੀਵਤਾ ਅਸੀਂ ਬਚਪਨ ਤੋਂ ਲੈ ਕੇ ਧਨ ਦੇ ਸਾਥੀ ਹੋਣ ਕਰਕੇ ਅਖੀਰਲੇ ਦਮ ਤੱਕ ਸਾਨੂੰ ਧਨ ਦਾ ਮੋਹ ਜਾਂਦਾ ਨਹੀਂ ਸਤਿਗੁਰੂ ਜੀ ਗੁਰਬਾਣੀ ਅੰਦਰ ਇੱਕ ਉਦਾਹਰਣ ਦੇ ਕੇ ਸਾਨੂੰ ਚੇਤੇ ਕਰਾਉਂਦੇ ਹਨ ਕਿ ਜਦੋਂ ਤੂੰ ਇਸ ਸੰਸਾਰ ਤੋਂ ਜਾਣਾ ਸੰਸਾਰ ਤੋਂ ਹਰੀ ਹਰ ਹੋ ਗਿਆ ਇਹ ਪੰਜ ਭੂਤਿਕ ਸਰੀਰ ਜਿਹੜਾ ਤੇਰਾ ਛੁੱਟ ਗਿਆ ਤਾਂ ਜਦੋਂ ਤੈਨੂੰ ਜਮਦੂਤ ਲੈਣ ਵਾਸਤੇ ਆਉਣਗੇ ਉਸ ਸਮੇਂ ਦੀ ਭਾਰਤਾ ਸਤਗੁਰੂ ਜੀ ਸਾਨੂੰ ਧੰਗੁਰੂ ਗਨਸਾਹਿਬ ਮਹਾਰਾਜ ਜੀ ਚੇਤੇ ਕਰਾਉਂਦੇ ਹਨ ਕਿ ਅਮਲ ਸਰਾਨੋ ਲੇਖਾ ਦੇਨਾ ਆਏ ਕਟਣ ਦੂਤ ਜਮ ਲੈਨਾ ਅਮਲ ਜਿਹੋ ਜੇ ਤੂੰ ਸੰਸਾਰ ਵਿੱਚ ਅਮਲ ਕੀਤੇ ਕਰਮ ਕਮਾਏ ਕਿਉਂਕਿ ਜਿਹੋ ਜੇ ਅਸੀਂ ਕਰਮ ਕਮਾਉਂਦੇ ਹਾਂ ਉਹੋ ਜੇ ਸਾਨੂੰ ਅੱਗੇ ਉਹਨਾਂ ਦਾ ਫਲ ਭੁਗਤਣਾ ਪੈਣਾ ਹੈ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗ ਹੈ ਉਗਾਹਾ ਬਾਬਾ ਪ੍ਰੀਤ ਜੀ ਆਖਦੇ ਹਨ ਜਿਹੋ ਜੇ ਤੂੰ ਕਰਮ ਕਮਾਏ ਹਨ ਉਹਨਾਂ ਅਮਲਾਂ ਤੇ ਨਵੇੜਾ ਹੋਣਾ ਉਹਨਾਂ ਨੇ ਗਵਾਹੀ ਭਰਨੀ ਹੈ ਤੇਰੀ ਚੰਗੇ ਤੇ ਮਾੜੇ ਕਰਮਾਂ ਨੇ ਅਮਲ ਸਿਰਾਂ ਨੂੰ ਲੇਖਾ ਦੇਣਾ ਜਿੰਨੇ ਵੀ ਤੂੰ ਕਰ ਅਮਲ ਕੀਤੀ ਆ ਕਰਮ ਕਮਾਇਆ ਸਭ ਦਾ ਲੇਖਾ ਦੇਣਾ ਆਏ ਕਟਣ ਦੂਤ ਜਮ ਲੈਣਾ ਹੁਣ ਤੈਨੂੰ ਲੈਣ ਵਾਸਤੇ ਕਠਨ ਕਰੜੇ ਸੁਭਾਅ ਵਾਲੇ ਜਿਹੜੇ ਦੂਤ ਹਨ ਉਹ ਲੈਣ ਵਾਸਤੇ ਆ ਗਏ ਕਿ ਆ ਤੈਂ ਖਟਿਆ ਕਹਾ ਗਵਾਇਆ ਤੂੰ ਸੰਸਾਰ ਦੇ ਵਿੱਚ ਆ ਕੇ ਕੀ ਖਟਿਆ ਅਸੀਂ ਆਪੋ ਆਪਣੇ ਜੀਵਨ ਦੇ ਵਿੱਚ ਬਚਪਨ ਤੋਂ ਲੈ ਕੇ ਝਾਤ ਮਾਰੀਏ 2 ਮਿੰਟ ਅੱਖਾਂ ਬੰਦ ਕਰਕੇ ਸੋਚੀਏ ਕਿ ਅਸੀਂ ਸੰਸਾਰ ਦੇ ਵਿੱਚ ਆ ਕੇ ਕੀ ਖਟਿਆ ਕਿਹੋ ਜੇ ਕਰਮ ਕਮਾਈ ਚੰਗੇ ਮਾੜੇ ਕਿਹੋ ਜੇ ਕਰਮ ਕਮਾਈ ਸਭ ਫਿਲਮ ਸਾਡੇ ਸਾਹਮਣੇ ਆ ਜਾਂਦੀ ਹੈ ਕੀ ਅਸੀਂ ਇਹ ਕਰਮ ਕਮਾਉਣ ਵਾਸਤੇ ਆਏ ਸੀ ਜਿਹੜੇ ਅਸੀਂ ਜੀਵਨ ਦੇ ਵਿੱਚ ਕਮਾਈ ਅਸੀਂ ਤਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ ਸੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਸਾਡਾ ਵਿਛੋੜਾ ਪਿਆ ਹੋਇਆ ਸੀ ਉਸ ਵਿਛੋੜੇ ਦੀ ਬੇਤਨ ਨੂੰ ਅਸੀਂ ਘਟਾਉਣਾ ਸੀ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਨਾ ਸੀ ਕਿਆ ਤੂੰ ਖਟਿਆ ਇਹ ਸੰਸਾਰ ਦੇ ਵਿੱਚ ਆ ਕੇ ਤੂੰ ਏ ਖੱਡੀ ਖੱਟੀ ਤੂੰ ਸੰਸਾਰ ਦੇ ਵਿੱਚ ਆ ਕੇ ਜਿਹੜਾ ਧਨ ਹੈ ਅਸਲੀ ਧਨ ਨਾਮ ਧਨ ਦੀ ਕਮਾਈ ਕੀਤੀ ਕਹਾਂ ਗਵਾਇਆ ਤੇ ਤੂੰ ਸਵਾਸਾਂ ਨੂੰ ਵਿਅਰਥ ਹੀ ਗਵਾ ਦਿੱਤਾ ਅਜਾਈਂ ਗਵਾ ਦਿੱਤਾ ਜਿਹੜੇ ਵਾਹਿਗੁਰੂ ਪਰਮੇਸ਼ਰ ਨੇ ਅਮੋਲਕ ਸਾਨੂੰ ਸਵਾਸ ਦਿੱਤੇ ਸੀ ਉਹ ਸਵਾਸ ਅਜਾਈਂ ਇਤੋਂ ਵਰਦ ਕੇ ਤੁਰ ਗਿਆ ਪਰ ਉਹਨਾਂ ਸਵਾਸਾਂ ਦੇ ਨਾਲ ਨਾਮ ਦੀ ਪੂੰਜੀ ਕੱਤਰ ਨਹੀਂ ਕੀਤੀ ਤਾਂ ਜੰਮਦੂਤ ਆਖਦੇ ਹਨ ਚਲੋ ਸਤਾਬ ਦੀਵਾਨ ਬੁਲਾਇਆ ਫਿਰ ਆਖਦੇ ਚਲ ਭਾਈ ਤੈਨੂੰ ਧਰਮਰਾਜ ਨੇ ਬੁਲਾਇਆ ਤੇਰੀ ਹੁਣ ਚੀਰੀ ਪਾਟ ਗਈ ਹੁਣ ਤੈਨੂੰ ਜਾਣਾ ਪੈਣਾ ਤੇਰਾ ਹੁਕਮ ਆ ਗਿਆ ਚਲ ਦਰਹਾਲ ਦੀਵਾਨ ਬੁਲਾਇਆ ਹਰ ਦਰਗਹ ਹੈ ਫਰਮਾਨ ਦਰਗਹ ਹੈ ਕਾ ਆਇਆ ਚਲ ਭਾਈ ਤੈਨੂੰ ਧਰਮਰਾਜ ਨੇ ਬੁਲਾਇਆ ਹੈ ਅਤੇ ਦਰਗਾਹ ਦਾ ਫਰਮਾਨ ਆਇਆ ਹੈ ਦਰਗਾਹ ਦੇ ਵਿੱਚੋਂ ਫਰਮਾਨ ਹੁਕਮ ਆ ਗਿਆ ਹੁਣ ਤੈਨੂੰ ਜਾਣਾ ਪੈਣਾ ਤਾਂ ਅੱਗੋ ਆਖਦਾ ਹੈ ਕਰੋ ਅਰਦਾਸ ਗਾਬ ਕਿਸ ਬਾਕੀ ਕਹਿੰਦਾ ਮੈਂ ਅਰਦਾਸ ਕਰਦਾ ਬੇਨਤੀ ਕਰਦਾ ਤੁਹਾਡੇ ਅੱਗੇ ਕਿ ਮੇਰਾ ਹਜੇ ਪਿੰਡ ਦੇ ਵਿੱਚ ਕੋਈ ਹਿਸਾਬ ਕਿਤਾਬ ਰਹਿੰਦਾ ਹੈ ਦੇਣ ਲੈਣ ਵਾਲਾ ਕਈਆਂ ਨੂੰ ਵਿਆਜ ਤੇ ਦਿੱਤੇ ਹੋਈ ਹਨ ਕਈਆਂ ਨੂੰ ਕਿਸੇ ਤਰੀਕੇ ਨਾਲ ਧਨ ਦਿੱਤਾ ਹੋਇਆ ਹੈ ਉਹਦਾ ਮੈਂ ਹਿਸਾਬ ਕਿਤਾਬ ਕਰ ਲਵਾਂ ਲਿਖੋ ਨਵੀਰ ਅੱਜ ਕੀ ਰਾਤੀ ਅੱਜ ਦੀ ਰਾਤ ਦੇ ਵਿੱਚ ਮੈਂ ਸਾਰਾ ਹਿਸਾਬ ਕਿਤਾਬ ਨਿਬੜ ਲੂੰ ਜਿਹੜੇ ਦੂਤ ਲੈਣ ਵਾਲੇ ਆਏ ਹਨ ਉਹਨਾਂ ਨਾਲ ਗੱਲਾਂ ਕਰਿਆ ਧਨ ਦੇ ਵਿੱਚ ਗਰਸਿਆ ਹੋਇਆ ਮਨੋ ਜੀ ਨੇ ਉਸ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਿਆ ਨਹੀਂ ਉਹ ਆਖਦਾ ਹੈ ਕਿ ਅੱਜ ਦੀ ਰਾਤ ਦੇ ਦੋ ਸਾਰਾ ਹਸਾਬ ਕਿਤਾਬ ਮੁਕਾ ਲੂੰ ਅਤੇ ਸੁਭਾ ਹੈ ਨਿਵਾਜ ਸਰਾਏ ਗੁਜ਼ਾਰੋ ਅਤੇ ਸਵੇਰੇ ਸਾਇਰੇ ਤੁਹਾਡੇ ਨਾਲ ਚੱਲੂੰ ਅਤੇ ਆਪਾਂ ਇਕੱਠੇ ਬਹਿ ਕੇ ਉਥੇ ਨਿਵਾਜ ਗੁਜ਼ਾਰਾਂਗੇ ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਦੇ ਵਿੱਚ ਨਹੀਂ ਜੁੜਿਆ ਹੁਣ ਮਰਨ ਸਮਾਂ ਵੀ ਆ ਗਿਆ ਬਿਰਧ ਭਿਓ ਸੂਝੈ ਨਹੀਂ ਕਾਲ ਪਹੁੰਚਿਓ ਆਨ ਐਸੀ ਅਵਸਥਾ ਬਣ ਗਈ ਬਿਰਧ ਬਣ ਗਏ ਹੋ ਗਿਆ ਫਿਰ ਵੀ ਹਜੇ ਜਿਹੜਾ ਕਿ ਧਨ ਦੇ ਨਾਲੋਂ ਜਿਹੜਾ ਮੋਹ ਸੀ ਉਹ ਟੁੱਟਿਆ ਨਹੀਂ ਹਜੇ ਵੀ ਆਪਣਾ ਸਮਝਦਾ ਅੱਜ ਦੀ ਰਾਤ ਦੇ ਦਿਓ ਥੋੜਾ ਜਿਹਾ ਸਮਾਂ ਦੇ ਦਿਓ ਮੈਂ ਨਿਵੇੜ ਲੂੰ ਸਾਰਾ ਹਸਾਬ ਕਿਤਾਬ ਕਰਨੂੰ ਤੇ ਸਵੇਰੇ ਤੁਹਾਡੇ ਨਾਲ ਚੱਲਿਆ ਜਾਵਾਂ ਸਤਿਗੁਰੂ ਜੀ ਆਖਦੇ ਨੇ ਜਿਹੜਾ ਧਨ دارਾ ਸੰਪਤ ਜਿਹਨੂੰ ਆਪਣੀ ਕਰਕੇ ਮਨ ਬੈਠਾ ਹੈ ਇਨਮੇ ਕਾਸ਼ ਸੰਗੀ ਨਹੀਂ ਨਾਨਕ ਸਾਚੀ ਜਾਣ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਨ ਕਰਦੇ ਹਨ ਕਿ ਭਾਈ ਇਹ ਗੱਲ ਨੂੰ ਸੱਚੀ ਜਾਣ ਇਹ ਗੱਲ ਸੱਚੀ ਹੈ ਇਹ ਗੱਲ ਸੱਚੀ ਸਮਝ ਕਿ ਇਨਮੇ ਕੰਸ ਸੰਗੀ ਨਹੀਂ ਇਹਦੇ ਵਿੱਚੋਂ ਕੁਝ ਵੀ ਸਥਿਰ ਨਾਲ ਨਹੀਂ ਬਣ ਵਾਲਾ ਸੰਗੀ ਨਹੀਂ ਹੈ ਤੂੰ ਸੰਸਾਰ ਦੇ ਵਿੱਚੋਂ ਕੁਝ ਵੀ ਨਹੀਂ ਲੈ ਕੇ ਜਾਣਾ ਸਭ ਕੁਝ ਇੱਥੇ ਸੰਸਾਰ ਦੇ ਵਿੱਚ ਹੀ ਰਹਿ ਜਾਣਾ ਪਰ ਸਾਡੀ ਸੰਸਾਰੀਆਂ ਦੀ ਐਸੀ ਮਤ ਹੈ ਅਸੀਂ ਆਖਦੇ ਹਾਂ ਕਿ ਜੇ ਕਰਾ ਧਨ ਜਿਹੜਾ ਹੈ ਸਾਡੇ ਨਾਲ ਨਹੀਂ ਜਾਣ ਵਾਲਾ ਨਿਵਣ ਵਾਲਾ ਤਾਂ ਕਿਸੇ ਦੇ ਕੋਲ ਨਹੀਂ ਛੱਡਣਾ ਸਾਰਾ ਇਕੱਠਾ ਕਰਕੇ ਬੈਂਕ ਦੇ ਵਿੱਚ ਜਮ੍ਹਾਂ ਕਰਾ ਦੇਣਾ ਕਿਸੇ ਦੇ ਕੋਲ ਨਹੀਂ ਛੱਡਣਾ ਨਾ ਨਾਲ ਜਾਊ ਤਾਂ ਨਾ ਜਾਵੇ ਸਤਿਗੁਰੂ ਜੀ ਆਖਦੇ ਸੱਚੀ ਗੱਲ ਜਾਣ ਲੈ ਇਹਨਾਂ ਵਿੱਚੋਂ تیرੇ ਨਾਲ ਕੁਝ ਵੀ ਨਹੀਂ ਜਾਣ ਵਾਲਾ ਧਨ ਆ ਤੇ ਪਰਿਵਾਰ ਸਾਖ ਸੰਬੰਧੀ ਸੰਪਤਾ ਇਕ ਕਿਸੇ ਨੇ ਵੀ ਤੇਰੇ ਨਾਲ ਨਹੀਂ ਜਾਣਾ ਸਭ ਨੇ ਇੱਥੇ ਰਹਿ ਜਾਣਾ ਤੇਰਾ ਸਾਹਮਣੇ ਸੰਗ ਛੱਡ ਦੇਣਾ ਸਭ ਨੇ ਤੇਰਾ ਸੰਗ ਛੱਡ ਦੇਣਾ ਜਿਨ੍ਹਾਂ ਨੂੰ ਤੂੰ ਆਪਣੀ ਬਣਾ ਕੇ ਬੈਠਾ ਹੋਇਆ ਤੇ ਅਸੀਂ ਕੀ ਮੰਨਿਆ ਹੋਇਆ ਹੈ ਕਿ ਸਭ ਕੁਝ ਆਪਣਾ ਇੱਕ ਆਰਾਮ ਪਰਾਇਆ ਅਸੀਂ ਸਭ ਕੁਝ ਇਸ ਤਰੀਕੇ ਨਾਲ ਆਪਣਾ ਮੰਨਿਆ ਹੋਇਆ ਹੈ ਸਾਤੇ ਕਾਮ ਵਾਹਿਗੁਰੂ ਪਰਮੇਸ਼ਰ ਨੂੰ ਅਸੀਂ ਪਰਾਇਆ ਮੰਨਿਆ ਹੋਇਆ ਕਿਉਂ ਵਾਹਿਗੁਰੂ ਪਰਮੇਸ਼ਰ ਜਿਹੜਾ ਉਹਦੀ ਲੋੜ ਨਹੀਂ ਹੈ ਕਿਉਂਕਿ ਸਾਡਾ ਜਿਹੜਾ ਹਿੱਤ ਜਿਹੜਾ ਮੋਹ ਹੈ ਇਹਨਾਂ ਪਦਾਰਥਾਂ ਦੇ ਨਾਲ ਪਿਆ ਧਨਦਾਰਾਂ ਸੰਪਤੀ ਦੇ ਨਾਲ ਬਣਿਆ ਹੋਇਆ ਹੈ ਜਿਨੇ ਤੇਰੇ ਨਾਲ ਨਹੀਂ ਨਿਭਣਾ ਇਹਨਾਂ ਦੇ ਨਾਲ ਮੋਹ ਬਣਨ ਕਰਕੇ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੀ ਲੋੜ ਨਹੀਂ ਸਮਝੀ ਉਹਨੂੰ ਪਰਾਇਆ ਸਮਝਿਆ ਸਭ ਕੁਝ ਸਾਡਾ ਹੈ ਸਤਿਗੁਰੂ ਜੀ ਆਖਦੇ ਹਨ ਕਿ ਭਾਈ ਤੇਰੇ ਨਾਲ ਕੁਝ ਵੀ ਨਿਭਣ ਨਿਭਣਾ ਕਿਉਂਕਿ ਜਦੋਂ ਅਸੀਂ ਸੰਸਾਰ ਦੇ ਵਿੱਚ ਆਏ ਉਦੋਂ ਵੀ ਅਸੀਂ ਨੰਗੇ ਆਏ ਜੇ ਜਦੋਂ ਸੰਸਾਰ ਦੇ ਵਿੱਚੋਂ ਜਾਣਾ ਉਦੋਂ ਵੀ ਨੰਗੇ ਆਈ ਨਹੀਂ ਇਸ ਸੰਸਾਰ ਤੋਂ ਜੁਰ ਜਾਣਾ ਨੰਗਾ ਦੋਜਿਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਸੰਸਾਰ ਤੋਂ ਨੰਗੇ ਨਹੀਂ ਜਾਣਾ ਸਤਿਗੁਰੂ ਜੀ ਆਖਦੇ ਡਰਾਉਣਾ ਬਣ ਜਾਂਦਾ ਫਿਰ ਡਰਾਉਣਾ ਦਿਖਾਈ ਦਿੰਦਾ ਹੈ ਨੰਗਾ ਦੋਜਿਕ ਚਾਲਿਆ ਦਿਸੈ ਖਰਾ ਡਰਾਵਣਾ ਡਰਾਉਣਾ ਦਿਖਾਈ ਦਿੰਦਾ ਐਸਾ ਇਹਦਾ ਜਿਹੜਾ ਕਿ ਰੰਗ ਢੰਗ ਬਣ ਜਾਂਦਾ ਧਨ دارਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਾ ਸੰਗੀ ਨਹੀਂ ਨਾਨਕ ਸਾਚੀ ਜਾਣ ਪਤਿਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਪਤਿਤ ਉਧਾਰਨ ਭੈ ਹਰਨ ਪਤਿਤ ਪਾਪੀ ਜਿਨ੍ਹਾਂ ਦਾ ਜੀਵਨ ਗਿਰ ਚੁੱਕਾ ਜਿਨ੍ਹਾਂ ਦਾ ਜੀਵਨ ਧਰਮ ਤੋਂ ਗਿਰ ਚੁੱਕਾ ਹੈ ਪਤਿਤ ਹੋ ਗਏ ਹਨ ਜਿਹੜੇ ਪਾਪੀ ਹਨ ਜਿਹੜੇ ਜੀਵਾਂ ਤੇ ਜ਼ੁਲਮ ਕਰਦੇ ਹਨ ਉਹਨਾਂ ਦਾ ਵੀ ਉਧਾਰ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਨੂੰ ਜਿਨ੍ਹਾਂ ਨੇ ਜੀਵਨ ਦੇ ਵਿੱਚ अनेका ਪਾਪ ਕਰਮ ਕਮਾਏ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਣ ਨਾਮ ਦੇ ਨਾਲ ਜੁੜ ਜਾਣ ਉਸ ਪ੍ਰਮਾਤਮਾ ਦੇ ਗੁਣ ਗੌਣ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ ਸਤਿਗੁਰੂ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਗਰੀਬ ਨਵਾਜ਼ ਸਤਿਗੁਰੂ ਗੁਰਬਾਣੀ ਅੰਦਰ ਸਾਨੂੰ ਦੋ ਮਨੁੱਖਾਂ ਦੀ ਉਦਾਹਰਣ ਬਾਰ-ਬਾਰ ਦਿੰਦੇ ਹਨ ਇੱਕ ਅਜਾਮਲ ਦੀ ਅਤੇ ਇੱਕ ਗਣਕਾ ਦੀ ਦੋਵਾਂ ਦੀ ਉਦਾਹਰਣ ਸਾਨੂੰ ਬਾਰ-ਬਾਰ ਦੇ ਕੇ ਸਮਝਾਉਂਦੇ ਹਨ ਕਿ ਐਡੇ ਵੱਡੇ ਵੱਡੇ ਪਾਪੀ ਜਿਹੜੇ ਨਾਮ ਦੇ ਨਾਲ ਜੁੜ ਗਏ ਸਤਿਗੁਰੂ ਜੀ ਵਚਨ ਕਰਦੇ ਹਨ ਕਿ ਅਜਾਮਲ ਪਾਪੀ ਜਗ ਜਾਣੈ ਅਜਾਮਲ ਪਾਪੀ ਜਿਹਨੂੰ ਜਗ ਜਾਣਦਾ ਸੀ ਜਿਹੜਾ ਕੀ ਜਾਤ ਦਾ ਬ੍ਰਹਮਣ ਸੀ ਰਾਜ ਦਰਬਾਰ ਦੇ ਵਿੱਚ ਕਥਾ ਵਿਚਾਰਾਂ ਕਰਿਆ ਕਰਦਾ ਸੀ ਹਾਂ ਤੇ ਅਜਾਮਲ ਦਾ ਇੱਕ ਬੀਸਵਾ ਦੇ ਨਾਲ ਸੰਬੰਧ ਹੋਇਆ ਉਹਦੇ ਨਾਲ ਵਿਆਹ ਕਰਾ ਲਿਆ ਹੈ ਪੰਡਤ ਕਿੰਨੀ ਉੱਚੀ ਜਾਤ ਦੇ ਵਿੱਚ ਪੈਦਾ ਹੋਇਆ ਫਿਰ ਕਥਾ ਵਿਚਾਰਾਂ ਕਰਨ ਵਾਲਾ ਪੰਡਤ ਹੋਵੇ ਐਡਾ ਵੱਡਾ ਪਾਪੀ ਸਾਰਾ ਜੱਗ ਜਾਣਦਾ ਸੀ ਕਿ ਬ੍ਰਾਹਮਣ ਕੁੱਲ ਦੇ ਵਿੱਚ ਹੋ ਕੇ ਵਿਦਵਾਨ ਹੋ ਕੇ ਫਿਰ ਉਹ ਅਸੀਂ ਕਰਮ ਕਮਾਉਣ ਲੱਗ ਪਿਆ ਅਤੇ ਦੂਸਰੀ ਉਦਾਹਰਨ ਸਤਿਗੁਰੂ ਜੀ ਸਾਨੂੰ ਦਿੰਦੇ ਹਨ ਗਣਕਾ ਦੀ ਗਣਕਾ ਬੇਸਵਾਸ ਦਾ ਕਰਮ ਕਮਾਉਂਦੀ ਸੀ ਪਰ ਉਸ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਦੇ ਵਿੱਚ ਉਸ ਬੇਸਵਾ ਨੂੰ ਸੰਤ ਮਹਾਪੁਰਸ਼ਾਂ ਨੇ ਇੱਕ ਤੋਤਾ ਦਿੱਤਾ ਤੇ ਨਾਲ ਉਪਦੇਸ਼ ਦਿੱਤਾ ਕਿ ਤੂੰ ਰਾਮ ਰਾਮ ਇਸ ਨੂੰ ਜਪਾਇਆ ਕਰ ਹੁਣ ਤੋਤੇ ਨੂੰ ਰਾਮ ਰਾਮ ਜਪੌਂਦੀ ਜਪੌਂਦੀ ਰਾਮ ਰਾਮ ਜਪੌਂਦੀ ਜਪੌਂਦੀ ਆਪ ਰਾਮ ਜਪਦੀ ਜਪਦੀ ਰਾਮ ਦੇ ਵਿੱਚ ਆ ਭੇਦ ਹੋ ਗਈ ਇਸ ਨਾਮ ਨੇ ਉਹਦੇ ਵੀ ਪਾਪਾਂ ਦਾ ਉਧਾਰ ਕਰਨ ਦਿੱਤਾ ਅਜਾਮਲ ਦੇ ਪਾਪੀ ਦੇ ਵੀ ਜਿੰਨੇ ਪਾਪ ਸਨ ਉਹ ਨਾਮ ਦੇ ਨਾਲ ਉਹਨਾਂ ਦਾ ਵੀ ਉਧਾਰ ਹੋ ਗਿਆ ਕਿਉਂਕਿ ਅਜਾਮਲ ਨਾ ਜਿਹੜਾ ਸਭ ਤੋਂ ਛੋਟਾ ਪੁੱਤਰ ਸੀ ਉਹਦਾ ਨਾਮ ਨਾਰਾਇਣ ਸੀ ਜਦੋਂ ਅਜਾਮਲ ਨੂੰ ਦੂਤ ਲੈਣ ਵਾਸਤੇ ਆਏ ਤਾਂ ਹਣ ਉਹ ਉਹਨੇ ਡਰਦੇ ਹੋਏ ਨੇ ਆਪਣੇ ਛੋਟੇ ਪੁੱਤਰ ਨਾਰਾਇਣ ਕਹਿ ਕੇ ਹਾਕ ਮਾਰੀ ਤਾਂ ਜਿਹੜੇ ਦੂਸਰੇ ਨਾਮ ਦਾ ਨਾਮ ਸੁਣਦਿਆਂ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਭੱਜ ਗਏ ਅਤੇ ਜਿਹੜਾ ਅਜਾਮਲ ਸੀ ਉਹ ਪਾਪਾਂ ਨੂੰ ਕਮਾਉਂਦਾ ਹੋਇਆ ਵੀ ਬਚ ਗਿਆ ਇਸ ਕਰਕੇ ਸਤਿਗੁਰੂ ਜੀ ਆਖਦੇ ਹਨ ਪਤਿਤ ਉਧਾਰਨ ਉਹ ਵਾਹਿਗੁਰੂ ਪਰਮੇਸ਼ਰ ਪਤ ਤਾ ਨੂੰ ਵੀ ਉਧਾਰਨ ਵਾਲਾ ਹੈ ਸਤਿਗੁਰੂ ਜੀ ਗੁਰਬਾਣੀ ਅੰਦਰ ਵਚਨ ਕਰਦੇ ਹਨ ਕੌਣ ਕੋ ਕਲੰਕ ਰਹਿਓ RAM ਨਾਮ ਲੇਤ ਹੀ ਪਤਿਤ ਪਵਿਤ ਭਏ RAM ਕਹਿਤ ਹੀ ਪਤਿਤ ਪਵਿਤ ਭਏ ਜਿਹੜੇ ਪਤਿਤ ਹੋ ਚੁਕੇ ਸਨ ਜਿਹੜੇ ਧਰਮ ਤੋਂ ਗਰ ਚੁੱਕੇ ਸਨ ਜਿਹੜੇ ਪਾਪੀ ਸਨ ਅਤੇ ਉਪਵਿੱਤ ਭਈ ਪਵਿੱਤਰ ਹੋ ਗਏ ਕਿਵੇਂ RAM ਕਹਤ ਹੀ ਜਦੋਂ RAM RAM ਨੂੰ ਜਪਿਆ ਤਾਂ ਉਹਨਾਂ ਦੇ ਜਿਹੜੇ ਪਾਪ ਸਨ ਸਾਰੇ ਦੂਰ ਹੋ ਗਏ ਹਿਰਦਾ ਸ਼ੁੱਧ ਹੋ ਗਿਆ ਕੋਣ ਕੋ ਕਲੰਕ ਰਹੇ ਉਹ ਕਿਹੜਾ ਕਲੰਕ ਰਹਿ ਗਿਆ RAM ਨਾਮ ਜਪਦਿਆਂ ਰਾਮ ਨਾਮ ਜਪਦਿਆਂ ਸਾਰੇ ਕਲੰਕ ਦੂਰ ਹੋ ਗਏ। ਰਾਮ ਕਹਿੰਦਿਆਂ ਕਹਿੰਦੇ ਅਸੀਂ ਜਿਹੜਾ ਹਿਰਦਾ ਸੀ ਸੁੱਧ ਹੋ ਗਿਆ। ਕਿਉਂਕਿ ਜੇ ਸਾਡਾ ਜਿਹੜਾ ਹਿਰਦਾ ਹੈ ਉਹ ਪਾਪਾਂ ਦੇ ਨਾਲ, ਵਕਾਰਾਂ ਦੇ ਨਾਲ ਭਰਿਆ ਹੋਇਆ ਹੈ। ਬੇਅੰਤ ਵਕਾਰ ਸਾਡੇ ਮਨ ਹਿਰਦੇ ਦੇ ਵਿੱਚ ਵਸ ਰਹੇ ਹਨ। ਅਤੇ ਜਿਵੇਂ-ਜਿਵੇਂ ਅਸੀਂ ਨਾਮ ਜਪੀ ਜਾਂਦੇ ਹਾਂ ਉਵੇਂ ਉਵੇਂ ਸਾਡੇ ਵਕਾਰ ਹਿਰਦੇ ਦੇ ਵਿੱਚੋਂ ਬਾਹਰ ਨਿਕਲੀ ਜਾਂਦੇ ਹਨ ਅਸੀਂ ਕਿਤਾਬਾਂ ਦੇ ਵਿੱਚ ਇੱਕ ਕਹਾਣੀ ਪੜ੍ਹਦੇ ਹੁੰਦੇ ਸੀ ਕਿ ਕਾਂ ਨੂੰ ਜਦੋਂ ਪਿਆਸ ਲੱਗੀ ਹੁਣ ਘੜੇ ਦੇ ਵਿੱਚ ਗਿਆ ਦੇਖਿਆ ਪਾਣੀ ਥੱਲੇ ਹੈ ਉਹਦੀ ਚੁੰਝ ਉੱਥੇ ਤੱਕ ਪਹੁੰਚਦੀ ਨਹੀਂ ਤਾਂ ਹੁਣ ਕਾਂ ਨੇ ਕੀ ਕੀਤਾ ਛੋੜੇ ਛੋੜੇ ਪੱਥਰ ਚੁੱਕੇ ਜੋੰਝੇ ਦੇ ਨਾਲ ਪਾਣੀ ਦੇ ਵਿੱਚ ਸੁੱਟਣੇ ਸ਼ੁਰੂ ਕਰ ਦਿੱਤੇ ਹੌਲੀ-ਹੌਲੀ ਜਿਹੜਾ ਘੜਾ ਸੀ ਉਹ ਪੱਥਰਾਂ ਦੇ ਨਾਲ ਭਰਨਾ ਸ਼ੁਰੂ ਹੋ ਗਿਆ ਤੇ ਪਾਣੀ ਉੱਪਰ ਆਉਣਾ ਸ਼ੁਰੂ ਹੋ ਗਿਆ ਜਦੋਂ ਪਾਣੀ ਉਹਦੀ ਜੁੰਝ ਤੱਕ ਪਹੁੰਚਿਆ ਤਾਂ ਕਾਂ ਨੇ ਉਹ ਰੱਜ ਕੇ ਪਾਣੀ ਪੀਤਾ ਆਪਣੀ ਪਿਆਸ ਮਟਾਈ ਇਸੇ ਤਰ੍ਹਾਂ ਦੇ ਸਾਡੇ ਹਿਰਦੇ ਦਾ ਹਾਲ ਹੈ ਕਿ ਜਦੋਂ ਅਸੀਂ ਸਾਡਾ ਹਿਰਦਾ ਪਾਪਾਂ ਨਾਲ, ਬਕਾਰਾਂ ਨਾਲ ਭਰਿਆ, ਪਿਆਵ ਗੁਣਾਂ ਦੇ ਨਾਲ। ਅਸੀਂ ਨਾਮ ਰੂਪੀ ਪੱਥਰ ਜਿਹਦੇ ਵਿੱਚ ਪਾਉਣ ਲੱਗ ਜਾਵਾਂਗੇ, ਨਾਮ ਪਾਉਣ ਲੱਗ ਜਾਵਾਂਗੇ। ਜਿਵੇਂ ਜਿਵੇਂ ਨਾਮ ਪਈ ਜਾਊ ਹਿਰਦੇ ਦੇ ਵਿੱਚ। ਓਮੇ ਓਮੇ ਜਿਹੜੇ ਪਾਪ ਹਨ, ਔਗਣ ਹਨ, ਸਾਡੇ ਜੀਵਨ ਦੀਆਂ ਮਾੜੀਆਂ ਆਦਤਾਂ ਉਹ ਆਪਣੇ ਆਪ ਬਾਹਰ ਆ ਜਾਣਗੇ। ਤੇ ਹਿਰਦੇ ਦੇ ਵਿੱਚ ਸੁੱਧ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਜਾਵੇਗਾ। ਪਰ ਨਾਮ ਦੀ ਕਮਾਈ ਕਰਨੀ ਪਵੇਗਾ ਨਾਮ ਦਾ ਅਰਾਧਨ ਕਰਨਾ ਪਵੇਗਾ ਨਾਮ ਜਪਣਾ ਪਵੇਗਾ ਜਦੋਂ ਅਸੀਂ ਨਾਮ ਜਪਾਂਗੇ ਤਾਂ ਨਾਮ ਸਾਡੇ ਹਿਰਦੇ ਵਿੱਚ ਵਸ ਜਾਵੇਗਾ ਜਿਹੜਾ ਪਾਪ ਕਰਮ ਹਨ ਉਹ ਸਾਰੇ ਖਤਮ ਹੋ ਜਾਣਗੇ ਔਗਣ ਖਤਮ ਹੋ ਜਾਣਗੇ ਇਸ ਕਰਕੇ ਹੀ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਹਨ ਕਿ ਵਾਹਿਗੁਰੂ ਪਰਮੇਸ਼ਰ ਪਤਿਤ ਉਧਾਰਨ ਹੈ ਜਿਹੜੇ ਆਪਣੇ ਧਰਮ ਤੋਂ ਡਿੱਗ ਚੁੱਕੇ ਹਨ ਅਸੀਂ ਵੀ ਆਪਣੇ ਧਰਮ ਤੋਂ ਗਿਰ ਚੁੱਕੇ ਹਾਂ ਬੜੇ ਸਾਡੇ ਗੁਰਸਿੱਖਾਂ ਦਾ ਸਿੱਖਾਂ ਦੇ ਅੰਦਰ ਇਹ ਹਾਲਾਤ ਬਣੀ ਹੋਈ ਹੈ ਕਿ ਅੰਮ੍ਰਿਤ ਛਕ ਲਿਆ ਅੰਮ੍ਰਿਤ ਛਕ ਕੇ ਪਤਿਤ ਹੋ ਗਏ ਮਰਯਾਦਾ ਛੱਡ ਦਿੱਤੀ ਜਦੋਂ ਸਿੱਖ ਇੱਕ ਵਾਰੀ ਅੰਮ੍ਰਿਤ ਛਕ ਲਿਆ ਕੋਈ ਅੰਮ੍ਰਿਤ ਟੁੱਟਣ ਵਾਲੀ ਚੀਜ਼ ਨਹੀਂ ਹੈ ਆਸੀਂ ਮਰਯਾਦਾ ਛੱਡ ਦਿੰਦੇ ਹਾਂ ਸਾਨੂੰ ਸਤਿਗੁਰਾਂ ਨੇ ਮਰਯਾਦਾ ਦਿੱਤੀ ਫੇਰ ਭਾਈ ਪੰਜਾਂ ਕਕਾਰਾਂ ਦੀ ਮਰਜ਼ਾਦਾ ਰੱਖਣੀ ਹੈ। ਪੰਜ ਕਕਾਰ ਪਹਿਨ ਕੇ ਰੱਖਣੇ ਹਨ। ਹਾਤੇ ਫੇਰ ਸਤਿਗੁਰਾਂ ਨੇ ਸਾਨੂੰ ਨਿਤਨੇਮ ਬਖਸ਼ਿਆ। ਈਸ਼ਵਰੇ ਪੰਜ ਬਾਣੀਆਂ, ਦੋ ਪਾਣੀਆਂ ਸ਼ਾਮ ਨੂੰ ਤੂੰ ਨੇਮ ਦੇ ਨਾਲ ਪੜ੍ਹਣੀਆਂ। ਅਸੀਂ ਮਰਜ਼ਾਦਾ ਤੋੜ ਦਿੱਤੀ ਪਤਤ ਹੋ ਗਏ। ਜੇ ਅਸੀਂ ਗੁਰੂ ਦੇ ਚਰਨਾਂ ਵਿੱਚ ਢਹਿ ਪਈਏ, ਗੁਰੂ ਦੀ ਸ਼ਰਨ ਗ੍ਰਹਿਣ ਕਰ ਲਈਏ ਤੇ ਗੁਰੂ ਤਾਂ ਪਾਪੀਆਂ ਨੂੰ ਵੀ ਬਖਸ਼ਣ ਵਾਲਾ ਹੈ। ਉਹਨਾਂ ਟੁੱਟਿਆਂ ਹੋਿਆਂ ਨੂੰ ਵੀ ਆਪਣੇ ਚਾਨਾਂ ਦੇ ਨਾਲ ਜੋੜਨ ਵਾਲਾ ਹੈ ਭੈ ਹਰਨ ਉਹ ਵਾਹਿਗੁਰੂ ਪਰਮੇਸ਼ਰ ਭੈ ਹਰਨ ਵਾਲਾ ਭੈ ਨੂੰ ਦੂਰ ਕਰਨ ਵਾਲਾ ਹੈ ਕੀਦਾ ਭੈ ਸਾਨੂੰ ਡਰ ਭੈ ਤੋਂ ਬਹੁਤ ਡਰ ਸਾਨੂੰ ਡਰ ਹੈ ਸੰਸਾਰ ਦਾ ਅਸੀਂ ਸੰਸਾਰ ਦੇ ਭੈ ਦੇ ਵਿੱਚ ਜੀਵਨ ਬਤੀਤ ਕਰਦੇ ਹਾਂ ਸਭ ਤੋਂ ਵੱਡਾ ਸਾਨੂੰ ਭੈ ਡਰ ਹੈ ਕਿ ਜੇ ਮੈਂ ਆਹ ਕੰਮ ਧਾਰਮਿਕ ਕੰਮ ਕਰ ਲਿਆ ਜਿਵੇਂ ਬਾਣੀ ਪੜਨ ਲੱਗ ਪਿਆ ਨਾਮ ਜਪਣ ਲੱਗ ਪਿਆ ਲੋਕ ਕੀ ਕਹਿਣਗੇ ਇਹ ਸਾਨੂੰ ਵੱਡਾ ਡਰ ਹੈ ਨਾਮ ਜਪਣ ਵਾਲਿਆਂ ਨੂੰ ਬਾਣੀ ਪੜਨ ਵਾਲਿਆਂ ਨੂੰ ਸਤ ਸੰਗਤ ਦੇ ਵਿੱਚ ਜਾਣ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਆਉਣ ਵਾਲਿਆਂ ਨੂੰ ਇਹ ਵੱਡਾ ਡਰ ਹੈ ਕਿ ਲੋਕ ਕੀ ਕਹਿਣਗੇ ਫਿਰ ਸਾਨੂੰ ਡਰ ਆਡੇ ਧੀਆਂ ਪੁੱਤਰਾਂ ਦਾ ਡਰ ਮਾੜੀ ਸੰਗਤ ਦੇ ਚ ਪੈ ਜਾਣ ਦਾ ਫਿਰ ਸਭ ਤੋਂ ਵੱਡਾ ਡਰ ਕਿ ਅੱਜ ਤਾਂ ਜਿਹੜਾ ਦਿਨ ਸੀ ਸੌਖਾ ਲੰਘ ਗਿਆ ਕੱਲ ਦਾ ਕੀ ਬਣੇਗਾ ਆਉਣ ਵਾਲੇ ਜੀਵਨ ਦਾ ਕੀ ਬਣੇਗਾ ਵਾਹਿਗੁਰੂ ਪਰਮੇਸ਼ਰ ਐਸਾ ਦਿਆਲੂ ਕਿਰਪਾਲੂ ਹੈ ਸਭ ਦੇ ਮਨ ਦੇ ਜਿਹੜੇ ਡਰ ਬਹਿਮ ਭਰਮ ਹਨ ਸਭ ਨੂੰ ਦੂਰ ਕਰਨ ਵਾਲੇ ਜੋ ਤੁਸੀਂ ਗੁਰੂ ਦੇ ਚਰਨਾਂ ਨਾਲ ਜੁੜ ਗਏ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਗਏ ਤਾਂ ਫਿਰ ਸਤਿਗੁਰੂ ਸਾਡੇ ਮਨ ਦੇ ਸਾਰੇ ਭਰਮ ਦੂਰ ਕਰ ਦਿੰਦੇ ਹਨ ਕਿ ਜਿਸ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਮਾਤਾ ਦੇ ਗਰਭ ਦੇ ਜਸ ਅਗੰਧ ਦੇ ਵਿੱਚੋਂ ਬਚਾ ਕੇ ਰੱਖਿਆ ਉਥੇ ਤੈਨੂੰ ਤਤੀਬਾ ਨਹੀਂ ਲੱਗਣ ਦਿੱਤੀ ਅਤੇ ਫਿਰ ਤੇਰਾ ਜਨਮ ਹੋਇਆ ਜਨਮ ਤੋਂ ਪਹਿਲਾਂ ਹੀ ਮਾਤਾ ਦੇ ਸਰੀਰ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਨੇ ਦੁੱਧ ਪੈਦਾ ਕਰ ਦਿੱਤਾ ਤੇਰੇ ਪੀਣ ਵਾਸਤੇ ਦੇਖੋ ਉਸ ਵਾਹਿਗੁਰੂ ਪਰਮੇਸ਼ਰ ਦੀ ਲੀਲਾ ਤੂੰ ਹਜੇ ਵੀ ਡਰਦਾ ਹੈ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਰਜਣਹਾਰ ਤੂੰ ਕਿਉਂ ਡਾਵਾਂਡੋਲ ਹੋਇਆ ਫਿਰਦਾ ਉਹ ਵਾਹਿਗੁਰੂ ਪਰਮੇਸ਼ਰ ਤੇਰੀ ਰੱਖਿਆ ਕਰੇਗਾ ਉਹ ਸਭ ਦਾ ਭੈ ਦੂਰ ਕਰਨ ਵਾਲਾ ਹੈ ਹਰ ਅਨਾਥ ਕੇ नाथ ਅਨਾਥ ਜੀ ਦਾ ਕੋਈ ਵੀ ਸੰਸਾਰ ਵਿੱਚ ਨਾ ਹੋਵੇ ਜਿਹਦਾ ਸੰਸਾਰ ਦੇ ਵਿੱਚ ਕੋਈ ਮਾਲਕ ਨਾ ਹੋਵੇ ਮਾਤਾ ਪਿਤਾ ਨਾ ਹੋਵੇ ਉਹਨੂੰ ਅਨਾਥ ਆਖਿਆ ਜਾਂਦਾ ਹੈ ਇਹਦਾ ਕੋਈ ਰਖਿਆਕ ਨਹੀਂ ਹੈ ਇਹਦਾ ਕੋਈ ਪ੍ਰਤਪਾਲਕ ਨਹੀਂ ਹੈ ਅਨਾਥ ਹੈ ਉਹ ਅਨਾਥਾਂ ਦਾ नाथ ਹੈ ਉਹਨਾਂ ਅਨਾਥਾਂ ਦਾ ਮਾਲਕ ਹੈ ਉਹਨਾਂ ਨੂੰ ਪ੍ਰਤਪਾਲਣਾ ਕਰਨ ਵਾਲਾ ਉਹਨਾਂ ਦੀ ਸੰਭਾਲ ਕਰਨ ਵਾਲਾ ਦੇਖੋ ਵਾਹਿਗੁਰੂ ਪਰਮੇਸ਼ਰ ਆਪ ਹੀ ਵਿਧ ਬਣਾ ਦਿੰਦਾ ਹੈ ਆਪ ਹੀ ਕੋਈ ਨਾ ਕੋਈ ਉਹਨਾਂ ਅਨਾਥਾਂ ਨੂੰ ਆਸਰਾ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਭੇਜ ਦਿੰਦਾ ਹੈ ਸਤਿਗੁਰੂ ਹੀ ਅਨਾਥਾਂ ਦੇ नाथ ਹਨ ਜੀ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਸਤਿਗੁਰਾਂ ਨੇ ਦੇਖੋ ਛੇਵੇਂ ਪਾਤਸ਼ਾਹ ਸਤਿਗੁਰਾਂ ਨੇ ਰਹਿਮਤਾ ਕੀਤੀਆਂ ਭਾਈ ਸੁਤਰੇ ਨੂੰ ਜਿਹਨਾਂ ਕੋਈ ਵੀ ਨਹੀਂ ਸੀ ਸੰਸਾਰ ਦੇ ਵਿੱਚ ਚੱਕ ਕੇ ਰੂੜੀ ਦੇ ਢੇਰ ਦੇ ਉੱਪਰ ਸੱਡ ਦਿੱਤਾ ਉਸ ਭਾਈ ਸੁਤਰੇ ਨੂੰ ਸਤਿਗੁਰਾਂ ਨੇ ਸੰਭਿਆ ਅਤੇ ਸਤਿਗੁਰਾਂ ਦੇ ਗੁਰੂ ਘਰ ਦੇ ਵਿੱਚ ਉਹਦੀ ਪ੍ਰਤ ਪਾਲਣਾ ਹੋਈ ਇਸੇ ਤਰ੍ਹਾਂ ਪਿੰਦੇ ਖਾਂ ਰੋਲਿਆ ਫਿਰਦਾ ਸੀ ਗਲੀਆਂ ਦੇ ਵਿੱਚ ਰੋਂਦਾ ਫਿਰਦਾ ਸੀ ਮਾਤਾ ਪਿਤਾ ਚੜ੍ਹਾਈ ਕਰ ਚੁੱਕਾ ਸੀ ਸਤਿਗੁਰਾਂ ਨੇ ਗੁਰੂ ਦਰਬਾਰ ਦੇ ਵਿੱਚ ਲਿਆ ਕੇ ਉਹਦੀ ਪ੍ਰਤ ਪਾਲਣਾ ਕੀਤੀ ਅੱਜ ਵੀ ਅਨੇਕਾਂ ਐਸੇ ਜੀਵ ਜਿਨ੍ਹਾਂ ਦਾ ਕੋਈ ਨਹੀਂ ਹੈ ਉਨ੍ਹਾਂ ਦਾ ਆਸਰਾ ਗੁਰੂ ਘਰ ਹੈ। ਅਸੀਂ ਅੰਮ੍ਰਿਤਸਰ ਦਰਬਾਰ ਸਾਹਿਬ ਜਾਈਏ। ਕਿ ਬੇਅੰਤ ਐਸੇ ਲੋਕ ਹਨ ਜਿਨ੍ਹਾਂ ਦੇ ਘਰ ਦੋ ਟੰਗ ਦੀ ਰੋਟੀ ਨਹੀਂ ਪੱਕਦੀ। ਉਹ ਗੁਰੂ ਘਰ ਦੇ ਵਿੱਚੋਂ ਆ ਕੇ ਪ੍ਰਸ਼ਾਦਾ ਛਕਦੇ ਹਨ। ਗੁਰੂ ਘਰ ਦਾ ਆਸਰਾ ਤੱਕਿਆ ਹੋਇਆ ਹੈ। ਹੋਰ ਗੁਰੂ ਘਰਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਬੜੇ ਲੋਕ ਹਨ। ਜਿਨ੍ਹਾਂ ਨੇ ਗੁਰੂ ਘਰ ਦਾ ਆਸਰਾ ਲਿਆ ਹੋਇਆ ਸਤਿਗੁਰੂ ਜੀ ਨਾਥ ਹਨ। ਜਿਨ੍ਹਾਂ ਦਾ ਕੋਈ ਵੀ ਨਹੀਂ ਹੈ ਕਹੋ ਨਾਨਕ ਤਿਹ ਜਾਨੀਐ ਸਦਾ ਵਸਤ ਤਮ ਸਾਥ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਨ ਕਰਦੇ ਹਨ ਤਿਹ ਜਾਨੀਐ ਉਹਨੂੰ ਜਾਨਣਾ ਕਰ ਸਦਾ ਵਸਤ ਤਮ ਸਾਥ ਜਿਹੜੀ ਵਸਤੂ ਸਦਾ ਤੇਰੇ ਕੋਲ ਹੈ ਹਾਜ਼ਰ ਹਜੂਰ ਹੈ ਜਾਹਰ ਜਹੂਰ ਹੈ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਨਣਾ ਕਰ ਉਹ ਵਾਹਿਗੁਰੂ ਪਰਮੇਸ਼ਰ ਹਰ ਸਮੇਂ ਤੇਰੇ ਕੋਲ ਹੈ ਗੁਰ ਕਾ ਬਚਨ ਵਸੈ ਜੀ ਨਾਲੇ ਗੁਰੂ ਦਾ ਬਚਨ ਸਦਾ ਜੀ ਹਿਰਦੇ ਦੇ ਨਾਲ ਵਸਦਾ ਹੈ ਉਸ ਵਾਹਿਗੁਰੂ ਦੇ ਬਚਨ ਨੂੰ ਜਾਨਣਾ ਕਰ ਗੁਰੂ ਦੇ ਸ਼ਬਦ ਨੂੰ ਜਾਨਣਾ ਕਰ ਗੁਰੂ ਦੇ ਗੁਰਮੰਤਰ ਮੂਲ ਮੰਤਰ ਨੂੰ ਜਾਨਣਾ ਕਰ ਉਹਦਾ ਸਿਮਰਨ ਕਰਿਆ ਕਰ ਜਪਿਆ ਕਰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਤਿਗੁਰਾਂ ਨੇ ਸਾਨੂੰ ਗੁਰਮੰਤਰ ਵਾਹਿਗੁਰੂ ਬਖਸ਼ਿਆ ਵਾਹਿਗੁਰੂ ਵਾਸ ਨੂੰ ਸਬਦ ਦਾ ਅਸੀਂ ਅਭਿਆਸ ਕਰੀਏ ਉਹ ਸਾਡਾ ਸਦਾ ਨਾਲ ਨਿਭਣ ਵਾਲਾ ਹੈ ਸਾਥ ਨਿਭਣ ਵਾਲਾ ਹੈ ਹੋ ਜਿੰਨੀ ਸੰਪਤੀ ਹੈ ਇਹ ਸਾਡੇ ਨਾਲ ਨਿਭਣ ਵਾਲੀ ਨਹੀਂ ਹੈ ਇਸ ਕਰਕੇ ਅਸੀਂ ਨਾਮ ਬਾਣੀ ਦੇ ਨਾਲ ਜੁੜੀਏ ਨਾਮ ਬਾਣੀ ਦੀ ਪੜ ਕੇ ਵਿਚਾਰ ਕੇ ਆਪਣੇ ਜੀਵਨ ਦੇ ਵਿੱਚ ਵਸਾਈਏ ਸਤਿਗੁਰੂ ਜੀ ਕਿਰਪਾ ਕਰਨ ਗੁਰ ਉਪਦੇਸ਼ ਗੁਰਬਾਣੀ ਦੀ ਵਿਚਾਰ ਸਾਡੇ ਮਨ ਹਿਰਦੇ ਵਿੱਚ ਵਸੇ ਅਸੀਂ ਗੁਰ ਚਰਨਾਂ ਨਾਲ ਜੁੜ ਕੇ ਨਾਮ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਬਣਾ ਲਈਏ ਵਾਹਿਗੁਰੂ ਆहे ਗੁਰੂ ਵਾਹਿਗੁਰੂ ਆहे ਗੁਰੂ